ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁੰਨियत ਪ੍ਰਭ ਤੋ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਨੀ ਐਸੇ ਮਨ ਹੈ ਬਿਸਾਰਨ ਸੰਚਿ ਬਿਖਿਆਲੇ ਗ੍ਰਾਹਜ ਕਿੰਨੀ ਅੰਮ੍ਰਿਤ ਮੰਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਇਨ ਤੇ ਕਾੜ ਲਿਹੋ ਮੇਰੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਵਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰਦਾਤਾ ਸਰਬੰਗਿਆਤਾ ਪਰਮ ਸਨਮਾਨਯੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਿਨਮਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਦਮਦਮੀ ਟਕਸਾਲ ਦੀ ਸ਼ਾਖਾ ਗੁਰਦੁਆਰਾ ਧੰਨ ਬਾਬਾ ਜਵਾਰਦਾਸ ਜੀ ਸੂਸਾਂ ਵਾਲੇ ਮਹਾਪੁਰਸ਼ ਦਿਨਾ ਦੇ ਪਵਿੱਤਰ ਸਥਾਨ ਉੱਪਰ ਜੋ ਸਤਿਗੁਰੂ ਜੀ ਆਪ ਸੰਗਤਾਂ ਮਹਾਪੁਰਸ਼ਾਂ ਦੀ ਕਿਰਪਾ ਸਦਕਾ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ ਇਸ ਕਥਾ ਦੀਆਂ 75 ਪੌੜੀਆਂ ਦੀ ਕਥਾ ਹੋ ਚੁੱਕੀ ਹੈ ਔ ਇਸ ਤੋਂ ਅੱਗੇ ਜਿਵੇਂ ਕਲਗੀਧਰ ਗਰੀਬਨਵਾਜ਼ ਚਰਪਟ ਛੰਦ ਅੰਦਰ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ ਆਪਾਂ ਕਥਾ ਵਿਚਾਰ ਕਰਦੀ ਹੈ ਨਾਮ ਜਪਣ ਦੀ ਤਾਕਤ ਸੇਵਾ ਕਰਨ ਦੀ ਤਾਕਤ ਅਮਰਤ ਵੇਲੇ ਉੱਠਣ ਦਾ ਬਲ ਉਦਮ ਗੁਰਬਾਣੀ ਮੁਤਾਬਕ ਇਹ ਸਾਧੂ ਸੰਗ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਸਾਦੂ ਦਾ ਅਰਥ ਸ੍ਰੇਸ਼ਟ ਵੀ ਹੁੰਦਾ ਜਿਹੜਾ ਸਾਡੇ ਤੋਂ ਗੁਨਾ ਚ ਵੱਡਾ ਹੈ ਭਗਤੀ ਚ ਵੱਡਾ ਹੈ ਸਿਆਣਪ ਚ ਵੱਡਾ ਹੈ ਅਨਪਵ ਚ ਵੱਡਾ ਹੈ ਤੇ ਜਿਵੇਂ ਧਰਤੀ ਤੇ ਰੋਲਣ ਵਾਲੀ ਵੇਲ ਦਰਖਤ ਦੀ ਸੰਗਤ ਕਰਕੇ ਸਮਾਨ ਚ ਚੜ ਜਾਂਦੀ ਹੈ ਆਪਦੇ ਤੋਂ ਵੱਧ ਬਾਣੀ ਪੜਨ ਵਾਲੇ ਦੀ ਸੰਗਤ ਕਰਾਂਗੇ ਅਨ ਭਵੀ ਦੀ ਸੰਗਤ ਕਰਾਂਗੇ ਸੇਵਾ ਕਰਨ ਵਾਲੇ ਦੀ ਸੰਗਤ ਕਰਾਂਗੇ ਤਾਂ ਆਪਣੇ ਆਪ ਹੀ ਸਾਡੇ ਅੰਦਰ ਬਲ ਪੈਦਾ ਹੁੰਦਾ ਕਿ ਮੈਂ ਵੀ ਸੇਵਾ ਕਰਾਂ ਮੈਂ ਵੀ ਬਾਣੀ ਪੜਾਂ ਮੈਂ ਵੀ ਸਤ ਸੰਗਤ ਕਰਾਂ ਹੁਣ ਇੱਕ ਸਵਾਲ ਪੈਦਾ ਹੁੰਦਾ ਵਾ ਵੀ ਬਾਣੀ ਪੜਨ ਦਾ ਬਲ ਕਿੱਥੋਂ ਮਿਲੇ ਅਮਰਤ ਵੇਲੇ ਉੱਠਣ ਦਾ ਬਲ ਕਿੱਥੋਂ ਮਿਲੇ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜਵਾਬ ਦਿੰਦੇ ਕਹਿੰਦੇ ਸੱਜਣਾ ਇਹ ਬਾਲ ਸਾਧੂ ਸੰਗ ਚੋਂ ਪ੍ਰਾਪਤ ਹੁੰਦਾ ਹੈ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹੁਣ ਆਪਾਂ ਨਾਮ ਤੇ ਸਾਰੇ ਜਪਦੇ ਆ ਜਿੰਨਾ ਕਿ ਸਤਿਗੁਰੂ ਸਾਡੇ ਤੋਂ ਜਪਾਉਂਦਾ ਹੈ ਪਰ ਅਸੀਂ ਨੇ ਇੱਕ ਪਰੰਪਰਾ ਜੀ ਬਣਾ ਲਈ ਆ ਵੀ ਦਸਵੰਦ ਕੱਢਣਾ ਤੇ ਦਸਵੰਦ ਕੋਈ 2.5 ਘੰਟੇ ਬਣਦਾ ਹੈ ਵੈਸੇ ਦਸਵੰਦ ਸ਼ਬਦ ਕਮਾਈ ਦਾ ਦਸਵਾਂ ਹਿੱਸਾ ਜਿਹੜੇ ਅਸੀਂ ਪੈਸੇ ਕਮਾਉਨੇ ਆ ਉਹ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਅਸੀਂ ਮਹਾਰਾਜ ਦੀ ਸੇਵਾ 'ਚ ਲਾਉਣਾ ਇਸੇ ਤਰ੍ਹਾਂ ਅਸੀਂ ਇੱਕ ਤਰੀਕਾ ਬਣਾਇਆ ਹੈ ਕਿ ਹਰ ਚੀਜ਼ ਵਿੱਚੋਂ ਦਸਵੰਦ ਕੱਢਿਆ ਜਾਵੇ ਜਿਵੇਂ ਕਮਾਈ 'ਚੋਂ ਦਸਵਾਂ ਹਿੱਸਾ ਕੱਢਿਆ ਜਵਾਂ 2 ਘੰਟਿਆਂ ਦਾ 10ਵਾਂ ਹਿਸਕਾ ਕਿੰਨਾ ਬਣਿਆ ਕਹਿੰਦੇ 2.5 ਘੰਟੇ ਬਣਦਾ ਪਰ ਜੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕੀਤੀ ਜਾਵੇ 2.5 ਘੰਟੇ ਸਿਮਰਨ ਕੀਤੇਆਂ ਗੁਰੂ ਨਾਨਕ ਦੇਵ ਸਾਹਿਬ ਬਾਤ ਨਹੀਂ ਛੱਡਦੇ ਸਿੱਖ ਦੀ ਪਰ ਦਾਸ ਨੇ ਇੱਕ ਨਵੀਂ ਗੱਲ ਪੜ੍ਹੀ ਹੈ ਧਾਰਮਿਕ ਗ੍ਰੰਥਾਂ 'ਚ ਤੁਸੀਂ ਹੈਰਾਨ ਹੋਵੋ ਹੁਣ ਆਪਾਂ ਨਾਮ ਤੇ ਜਪਦੇ ਹਾਂ ਬਾਣੀ ਪੜ੍ਹਦੇ ਹਾਂ ਪਰ ਸਾਡੀ ਅਵਸਥਾ ਨਹੀਂ ਬਣਦੀ ਜਿਵੇਂ ਸੰਤਾਂ ਦੀ ਅਵਸਥਾ ਹੁੰਦੀ ਆ ਗੁਰਸਿੱਖਾਂ ਦੀ ਅਵਸਥਾ ਦੀ ਜਿਵੇਂ ਗੁਰਬਾਣੀ ਕਹਿੰਦੀ ਨਾ ਗੁਰਮਖ ਰੋਮ ਰੋਮ ਹਰਤਿਆ ਬਈ ਜੀ ਜਿਹੜੇ ਗੁਰਮਖ ਨੇ ਉਹਨਾਂ ਦੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ ਆ ਰੋਮ ਛੋਟੇ ਛੋਟੇ ਵਾਲ ਨੇ ਸਰੀਰ ਦੇ ਇਹਨਾਂ ਦੇ ਵਿੱਚੋਂ ਵੀ ਇਹ ਵੀ ਮੂੰਹ ਬਣ ਜਾਂਦੇ ਨੇ ਇਹਨਾਂ ਵਿੱਚੋਂ ਵੀ ਆਵਾਜ਼ ਆਉਂਦੀ ਕਦੀ ਆਈ ਇਦਾਂ ਕਦੀ ਨਾਮ ਚੱਲਿਆ ਅੰਦਰ ਹੁਣ ਪਤਾ ਨਹੀਂ ਕੀ ਸੱਚ ਹੈ ਪਰ ਜੋ ਧਾਰਮਿਕ ਗ੍ਰੰਥਾਂ ਚ ਲਿਖਿਆ ਨਾ ਉਹ ਕਹਿੰਦੇ ਦਸਵੰਦ ਦੇ ਨਾਲ ਵੀ ਗੱਲ ਨਹੀਂ ਬਣਦੀ ਜੇ ਗੱਲ ਬਣਦੀ ਹੁੰਦੀ 2.5 ਘੰਟੇ ਸਿਮਰਨ ਕੀਤੇ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਵੀ ਬਣ ਜਾਂਦੀ ਗੱਲ ਤੇ ਉਹ ਕਹਿੰਦੇ ਬਣਦੀ ਹੈ 100-100 ਪਾਠ ਕੀਤੇ 52-52 ਪਾਠ ਕੀਤੇ ਇਹਦਾ ਮਤਲਬ ਇਹ ਨਾ ਲਿਓ ਵੀ ਬਾਣੀ ਤੇ 5 ਮਿੰਟ ਨਹੀਂ ਕੋਈ ਪੜ ਕੇ ਰਾਜੀ ਢਾਈ ਘੰਟੇ ਪੜਨੇ ਬੜੀ ਵੱਡੀ ਗੱਲ ਹੈ ਪਰ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਕਿੰਨਾ ਕੁ ਬੰਦੇ ਚ ਉਦਮ ਚਾਹੀਦਾ ਬਲ ਚਾਹੀਦਾ ਜੀ ਦੇ ਨਾਲ ਬੰਦੇ ਦੀ ਰੋਹਾਨੀਅਤ ਦੀ ਅਵਸਥਾ ਬਣ ਜੇ ਜਿਵੇਂ ਰੋਮ ਰੋਮ ਤੇ ਆਉਣਾ ਸਵਾਸ ਸਵਾਸ ਜਪਣਾ ਜ਼ਰੇ ਜ਼ਰੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸੁਣਨੀ ਤਾਂ ਧਾਰਮਿਕ ਗ੍ਰੰਥ ਕਹਿੰਦੇ ਸੱਜਣਾ ਜਾਪ ਚਾਰ ਤਰ੍ਹਾਂ ਦਾ ਮੰਨਿਆ ਗਿਆ ਇੱਕ ਬੈਖਰੀ ਇੱਕ ਪਾਂਸੂ ਇੱਕ ਪਸ਼ੰਤੀ ਤੇ ਇੱਕ ਪਰਾ ਬੈਖਰੀ ਕਹਿੰਦੇ ਉੱਚੀ ਬੋਲ ਕੇ ਮਾਲੋ ਸੁਣੇ ਆਪ ਦੇ ਆਪ ਨੂੰ ਤੇ ਉਪਾਂਸੂ ਕਹਿੰਦੇ ਗੁਣ ਗਣਾਉਣਾ ਮੂੰਹ ਦੇ ਵਿੱਚ ਪਸ਼ੰਤੀ ਕਹਿੰਦੇ ਨੇ ਹਿਰਦੇ ਦੇ ਵਿੱਚ ਪਰਾ ਕਹਿੰਦੇ ਨੇ ਜਦੋਂ ਸਵਾਸਾਂ ਦੇ ਨਾਲ ਇੱਕ ਹੋ ਜਾਂਦਾ ਜਿਹੜਾ ਸਾਹ ਨਾਭੀ ਚੋਂ ਉੱਠੇ ਉਹਦੇ ਨਾਲ ਰੱਬ ਦਾ ਨਾਮ ਚੱਲੇ ਹੁਣ ਇਹ ਅਵਸਥਾ ਬਣਾਉਣ ਵਾਸਤੇ ਜੋ ਧਾਰਮਿਕ ਗ੍ਰੰਥਾਂ ਚ ਲਿਖਿਆ ਇਹ ਤਾਂ ਜਿਹੜੇ ਹੁਣ ਜਪਦੇ ਹੋਣਗੇ ਉਹਨਾਂ ਸੰਤਾਂ ਨੂੰ ਪਤਾ ਹੋਊਗਾ ਵੀ 5 ਮਿੰਟ ਜਪਿਆਂ ਬਣ ਜਾਂਦੀ ਐ ਕਿ ਅੱਧਾ ਘੰਟਾ ਜਪਿਆ ਅਵਸਥਾ ਬਣ ਜਾਂਦੀ ਐ ਕਿ ਢਾਈ ਘੰਟੇ ਜਪਿਆਂ ਬਣ ਜਾਂਦੀ ਐ ਇਹ ਤਾਂ ਹੁਣ ਜਿਹੜੇ ਜਪਦੇ ਉਹਨਾਂ ਨੂੰ ਪਤਾ ਨਾ ਆਪਾਂ ਤੇ ਗੱਲਾਂ ਕਰਨ ਵਾਲੀਆਂ ਉਹ ਕਹਿੰਦੇ ਨੇ ਵੀ 40000 ਦਾਸ ਫੇਰ ਬੇਤੀ ਕਰੇ 40000 ਜੇ ਬੈਖਰੀ ਜਾਪ ਹੋਵੇ ਤੇ ਉਪਾਂਸੂ ਦੀ ਅਵਸਥਾ ਬਣਦੀ ਐ 40000 ਉਪਨਸੂ ਜਾਪ ਹੋਵੇ ਤੇ ਹਿਰਦੇ ਚ ਪਸ਼ੇਂਤੀ ਦੀ ਅਵਸਥਾ ਬਣਦੀ 40000 ਪਸ਼ੇਂਤੀ ਦਾ ਜਾਪ ਹੋਵੇ ਮੈਨੇ ਹਿਰਦੇ ਚ ਜਪਿਆ ਜਾਵੇ ਫਿਰ ਪਰਾ ਦੀ ਹੌਲੀ ਹੌਲੀ ਅਵਸਥਾ ਬਣਦੀ ਜਿਹਨੂੰ ਕਹਿੰਦੇ ਗੁਰਮੁਖ ਰੋਮ ਰੋਮ ਹਰਤਿਆ ਜਾਂ ਜਿਹਨੂੰ ਕਹਿੰਦੇ ਜਿਨਾਂ ਸਾਸ ਗਰਾਸ ਨਾਲ ਮਿਸਰੈ ਹਰਨਾਮਾ ਮਨਮੰਤ ਜਿਵੇਂ ਮੰਨ ਲਓ ਬਈ ਘੜੀ ਆ ਉਹਦੀ ਸੂਈ ਚੱਲੀ ਜਾਂਦੀ ਆ ਆਪਾਂ ਕਰੀਏ ਕੁਝ ਨਾ ਕਰੀਏ ਇਦਾਂ ਪਰਾਜਾਬ ਜਿਹੜਾ ਹੈ ਉਹ ਚੱਲੀ ਜਾਂਦਾ ਫਿਰ ਆਪਾਂ ਯਤਨ ਕਰੀਏ ਕਰਨ ਦਾ ਜਾਂ ਨਾ ਕਰੀਏ ਦਾਸ ਪੜ ਕੇ ਬੜਾ ਹਰਾਨ ਹੋਇਆ ਵੀ ਆਪਾਂ ਕਿੱਡੇ ਭੁਲੇਖੇ ਚ ਤੁਰੇ ਫਿਰਦੇ ਆ ਪੰਜ ਕੁ ਮਿੰਟ ਵੈਗਰੂ ਵੈਗਰੂ ਵੈਸੇ ਬੜੀ ਵੱਡੀ ਗੱਲ ਆ ਕਾਲੀ ਯੁਗ ਦੇ ਵਿੱਚ ਪਰ ਕਰਕੇ ਇਦਾਂ ਸਮਝਦੇ ਆ ਵੀ ਸਾਡੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਸਾਡੇ ਤੋਂ ਬਾਅਦ ਤੇ ਕੋਈ ਬਾਣੀ ਪੜਨ ਵਾਲਾ ਹੀ ਨਹੀਂ ਐ ਸਿਮਰਨ ਕਰਨ ਵਾਲੇ ਨਹੀਂ ਧਾਰਮਿਕ ਗ੍ਰੰਥ ਕੀ ਕਹਿੰਦੇ ਕਹਿੰਦੇ ਸਜਣਾ ਜੀ ਅਵਸਥਾ ਬਣਾਉਣੀ ਐ ਉਹ ਵੱਖਰੀ ਗੱਲ ਆ ਉਹ ਵਿਸ਼ਾ ਵੱਖਰਾ ਵਾ ਵੀ ਗੁਰੂ ਕਿਰਪਾ ਕਰ ਦੇ ਭਗਤ ਧੰਨੇ ਵਾਂਗ ਭਾਵੇਂ ਤਿੰਨਾਂ ਦਿਨਾਂ ਚ ਰੱਬ ਮਿਲ ਪਏ ਭਾਵੇਂ ਚਾਰਾਂ ਦਿਨਾਂ ਚ ਰੱਬ ਮਿਲ ਪਏ ਉਹ ਵੱਖਰੀ ਗੱਲ ਆ ਉਹ ਤਾਂ ਕਿਰਪਾ ਦਾ ਵਿਸ਼ਾ ਨਾ ਇੱਥੇ ਵਿਸ਼ਾ ਕੀ ਦਾ ਚੱਲਦਾ ਪਿਆ ਉਦਮ ਯਤਨ ਜਿਹਨੂੰ ਕਹਿੰਦੇ ਨੇ ਯਤਨ ਅਭਿਆਸ ਯਤਨ ਦਾ ਅਰਥ ਕੀ ਹੁੰਦਾ ਅਭਿਆਸ ਮਿਹਨਤ ਜਿੰਨੀ ਨਾਮ ਧਿਆਇਆ ਗਯਮ ਸਖਤ ਕਾਲ ਤਾਂ ਉੱਥੇ ਲਿਖਿਆ ਧਾਰਮਿਕ ਗ੍ਰੰਥਾਂ 'ਚ ਕੀ ਲਿਖਿਆ ਸੱਜਣਾ 40000 ਬੈਖਰੀ ਜਾਪ ਹੋਵੇ ਬੋਲ ਕੇ ਫਿਰ ਉਪੰਸੂ ਦੀ ਅਵਸਥਾ ਬਣਦੀ ਆ ਜਿਹੜਾ ਮੂੰਹ ਦੇ ਵਿੱਚ ਗੂੰਗਣਾਉਣਾ ਤੇ 40000 ਉਪੰਸੂ ਦਾ ਜਾਪ ਹੋਵੇ ਤੇ ਫਿਰ ਹਿਰਦੇ ਦੀ ਬਣਦੀ ਹੈ ਪਾਤਰਤਾ ਪਾਤਰਤਾ ਮੈਨੇ ਭਾਂਡਾ ਬਣ ਜਾਂਦਾ ਵੀ ਹੁਣ ਇਹਦੇ ਹਿਰਦੇ 'ਚ ਚੱਲੂਗਾ ਚਲਾਉਣਾ ਤੇ ਅੱਗੇ ਰੱਬ ਦੀ ਕਿਰਪਾ ਹੈ ਪਰਮੇਸ਼ਰ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਪਰ ਉਹ ਭਾਂਡਾ ਬਣ ਜਾਂਦਾ ਵੀ ਇਹਦੇ 'ਚ ਹੁਣ ਇਹ ਵਸਤੂ ਪਊਗੀ ਇਹ ਦਾਤ ਇਹਨੂੰ ਮਿਲੂਗੀ ਤੇ 40 ਹਜ਼ਾਰ ਜੀ ਦਾ ਹਿਰਦੇ ਦਾ ਹੋਵੇ ਉਹਦੀ ਪਰਾ ਸਵਾਸਾਂ ਵਾਲੀ ਖੇੜ ਇਹ ਧਾਰਮਿਕ ਗ੍ਰੰਥਾਂ ਮੁਤਾਬਕ ਲਿਖੀ ਗਈ ਹੈ ਅੱਗੇ ਪਰਮੇਸ਼ਰ ਵਾਹਿਗੁਰੂ ਬੇਅੰਤ ਮਹਾਂਪੁਰਖਾਂ ਦੀ ਅਵਸਥਾ ਸੰਤਾਂ ਸਾਧੂਆਂ ਦੀ ਅਵਸਥਾ ਬੇਅੰਤ ਹੈ ਉਹਨੂੰ ਕਿਸੇ ਗਿਆਨ ਧਿਆਨ 'ਚ ਕੌਣ ਬਣ ਸਕਦਾ ਹੈ ਤਾ ਸਾਧੂ ਸੰਗ ਭਇਆ ਮਨ ਉਦੰ ਜਿਹੜਾ ਬਾਲ ਪ੍ਰਾਪਤ ਹੁੰਦਾ ਨਾ ਸੇਵਾ ਸਿਮਰਨ ਦਾ ਇਹ ਆਪਣੇ ਤੋਂ ਸਾਧੂ ਮੈਨੇ ਸ੍ਰੇਸ਼ਟ ਦੀ ਸੰਗਤ ਨਾ ਹੁੰਦਾ ਤੇ ਮੇਰੇ ਤੋਂ ਵੱਧ ਬਾਣੀ ਕੌਣ ਪੜਦਾ ਮੇਰੇ ਤੋਂ ਵੱਧ ਅਨੁਭਵ ਕੀਦਾ ਹੈ ਸੇਵਾ ਕੀਦੀ ਹੈ ਅਭਮਾਨ ਛੱਡ ਕੇ ਉਹਦੀ ਸੰਗਤ ਕਰੀਏ ਤੇ ਫੇਰ ਬਾਲ ਪ੍ਰਾਪਤ ਦਾ ਹੈ ਨਾਮ ਜਪਣ ਦਾ ਸੇਵਾ ਕਰਨ ਦਾ ਇਸੇ ਕਰਕੇ ਕਹਿੰਦੇ ਨਾ ਕਿ ਧਾਰਮਿਕ ਜਗ੍ਹਾ ਤੇ ਜਾਪ ਕਰਦਾ ਫਾਲ ਵੱਧ ਪ੍ਰਾਪਤ ਹੁੰਦਾ ਹੈ ਗੁਰਮਖ ਬੰਦੇ ਲਾਗੇ ਜਾਪ ਕਰਦਾ ਫਾਲ ਵੱਧ ਪ੍ਰਾਪਤ ਹੁੰਦਾ ਹੈ ਆਪਣੇ ਇਸ਼ਟ ਲਾਗੇ ਜਾਪ ਕਰਦਾ ਫਾਲ ਵੱਧ ਪ੍ਰਾਪਤ ਹੁੰਦਾ ਹੈ ਸੋ ਇਹ ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਹੈ ਧੰਨ ਬਾਬਾ ਜਵਾਰਦਾਸ ਜੀ ਦਾ ਇੱਥੇ ਅਸੀਂ ਜਿਹੜੀ ਸੰਗਤ ਕਰਦੇ ਆ ਜਾਂ ਸੇਵਾ ਕਰਦੇ ਆ ਇਹਦਾ ਫਲ ਵੀ ਵੱਧ ਪ੍ਰਾਪਤ ਹੁੰਦਾ ਹੈ। ਸੋ ਆਓ ਐਸੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਤੇ ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ 75 ਪੌੜੀਆਂ ਹੋ ਗਈਆਂ ਨੇ। ਅੱਗੇ ਕਲਗੀ ਧਰਜੀ ਜਿਵੇਂ ਵਾਹਿਗੁਰੂ ਜੀ ਦੀ ਉਸਤਤ ਕਰਦੇ ਆ। ਆਓ ਬੜੇ ਪ੍ਰੇਮ ਦੇ ਨਾਲ ਸ਼੍ਰਵਣ ਕਰੀਏ। ਮਹਾਰਾਜ ਜੀ ਫਰਮਾਉਂਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਵੰ ਦਾਤਾ ਸਾਰਿਆਂ ਨੂੰ ਦਾਤਾ ਮੈਨੇ ਦੇਣ ਵਾਲਾ ਇਹ ਵੱਖਰੀ ਗੱਲ ਹੈ ਕਿ ਦਿਖਦਾ ਨਹੀਂ ਕਿਸੇ ਨੂੰ ਤੇ ਦਿਮਾਗ ਦੇ ਬਹਾਨੇ ਵੀ ਇਹ ਬੰਦਾ ਪੜਿਆ ਬਹੁਤ ਵਿਦਿਆ ਦੇ ਬਹਾਨੇ ਮਿਲਦਾ ਪਿਆ ਕਿਸੇ ਨੂੰ ਸੇਵਾ ਦੇ ਬਹਾਨੇ ਕਿਸੇ ਨੂੰ ਸਿਮਰਨ ਦੇ ਬਹਾਨੇ ਕਿਸੇ ਨੂੰ ਨੌਕਰੀ ਦੇ ਬਹਾਨੇ ਕਿਸ ਤੇ ਸਾਰੀ ਦੁਨੀਆ ਨੂੰ ਧਰਤੀ ਦੇ ਬਹਾਨੇ ਧਰਤੀ 'ਚ ਅੰਨ ਬੀਜਿਆ ਜਾਂਦਾ ਹੈ ਪਰ ਜਿੰਨਾ ਬੀਜਿਆ ਜਾਂਦਾ ਉਹ ਤੋਂ ਹਜ਼ਾਰਾਂ ਗੁਣਾ ਫਸਲ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਤੇ ਪ੍ਰਾਪਤ ਹੁੰਦਾ ਹੈ ਦੇਣ ਵਾਲਾ ਇੱਕ ਹੀ ਆ ਪਰਮੇਸ਼ਰ ਪਰ ਦਿੰਦਾ ਕਿਸੇ ਬਹਾਨੇ ਐ ਸਾਹਮਣੇ ਕੁਝ ਹੋਰ ਦਿਖਦਾ ਹੈ ਤੇ ਪਿੱਛੇ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਸਰਬੰਗ ਦਾਤਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਹੈ ਸਰਬੰ ਗਿਆਤਾ ਤੇ ਸਭ ਕੁਝ ਜਾਣਨ ਵਾਲਾ ਜਿਹਨੂੰ ਸਭ ਪਤਾ ਹੈ ਕੋਈ ਗੱਲ ਛਿਪੀ ਨਹੀਂ ਕੋਈ ਲੁਕੋ ਨਹੀਂ ਆਪਾਂ ਪੜਦੇ ਆ ਨਾ ਅੰਤਰਜਾਮੀ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਣਤ ਉਹ ਵਾਹਿਗੁਰੂ ਪਰਮੇਸ਼ਰ ਜੀ ਸਭ ਜਾਣਦੇ ਨੇ ਕਿ ਕਿੱਡਾ ਇਕ ਚੰਗਾ ਹੈ ਕਿੱਡਾ ਕ ਮੰਦਾ ਹੈ ਇਹ ਬੰਦਾ ਕਿਸ ਤਰ੍ਹਾਂ ਦਾ ਹੈ ਇੱਕ ਬੇਨਤੀ ਕਰੇ ਦਾਸ ਅਸੀਂ ਇੱਕ ਟੋਕ ਪੜ੍ਹਦੇ ਆ ਨਾ ਬਈ ਕਈ ਵਾਰੀ ਸ਼ੰਕਾ ਆ ਜਾਂਦਾ ਹੈ ਬਈ ਇੱਕ ਬੰਨੇ ਤੇ ਗੁਰੂ ਮਹਾਰਾਜ ਜੀ ਲਿਖਦੇ ਨੇ ਕਿ ਅਰਦਾਸ ਕਰਿਆ ਕਰੋ ਦੂਜੇ ਬੰਦੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਸਭ ਜਾਣਦਾ ਵਿਣ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ ਕੀ ਚੇ ਅਰਦਾਸ ਤੇ ਦੂਸਰੇ ਬੰਦੇ ਅਰਦਾਸ ਤੋਂ ਬਿਨਾ ਸਰਨਾ ਨਹੀਂ ਹੁਣ ਇੱਥੇ ਵਿਸ਼ੇ ਆ ਡੋਗੇ ਨੇ ਇੱਕ ਵਿਸ਼ਾ ਚੱਲਦਾ ਪਿਆ ਅੰਤਰਜਾਮੀ ਦਾ ਵੀ ਸਭ ਜਾਣਦਾ ਹੈ ਦੂਜਾ ਵਿਸ਼ਾ ਕੀ ਆ ਰੋਵੇਂਗਾ ਤੇ ਮਾਂ ਦੁੱਧ ਦਵੇਗੀ ਬੇਨਤੀ ਕਰੇਗਾ ਤੇ ਵਾਹਿਗੁਰੂ ਸੁਣੇਗਾ ਇਹ ਦੋ ਆਡ-ਆਡ ਵਿਸ਼ੇ ਨੇ ਸਾਨੂੰ ਦਾਤ ਉਹ ਪ੍ਰਾਪਤ ਹੁੰਦੀ ਹੈ ਜਿਹੜੀ ਸਾਡੇ ਢਿੱਡ ਦੀ ਭੁੱਖ ਹੋਵੇ ਉਤੋਂ ਅਸੀਂ ਜੋ ਮਰਜ਼ੀ ਗੱਲਾਂ ਕਰੀ ਜਾਈਏ ਆਪਣੇ ਅੰਦਰ ਦੇਖਣਾ ਚਾਹੀਦਾ ਹੈ ਮਹਾਂਪੁਰਸ਼ ਕੀ ਕਹਿੰਦੇ ਨੇ ਕਿ ਦਿਲ ਦੇ ਵਿੱਚ ਸਤਕਾਰ ਕਿਹੜੀ ਚੀਜ਼ ਦਾ ਮਹੱਤਾ ਕਿਹੜੀ ਚੀਜ਼ ਦੀ ਜਿਹੜੀ ਚੀਜ਼ ਮੇਰੇ ਢਿੱਡ 'ਚ ਪਈ ਆ ਨਾ ਉਤੋਂ ਮੈਂ ਕਹੀ ਜਾਵਾਂ ਮਹਾਰਾਜ ਮੈਨੂੰ ਦਰਸ਼ਨ ਦੋ ਮੈਨੂੰ ਨਾਮ ਦੋ ਮੈਨੂੰ ਸੇਵਾ ਦੋ ਮੈਨੂੰ ਸਿਮਰਨ ਦੋ ਮੈਨੂੰ ਜੀਵਨ ਦੋ ਨਹੀਂ ਮਿਲੇਗਾ ਕਿਉਂ ਢਿੱਡ ਮੇਰਾ ਹੋਰ ਚੀਜ਼ ਭਾਲਦਾ ਹੈ ਅੰਦਰੋਂ ਮੇਰੇ ਢਿੱਡ ਦੀ ਭੁੱਖ ਹੋਰ ਹੈ ਇਹ ਜਿਹੜੀ ਤੋ ਕਹਨਾ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ ਇਹ ਢਿੱਡ ਦੀ ਭੁੱਖ ਦੀ ਗੱਲ ਕਰਦੀ ਆ ਵੀ ਮੂੰਹ ਜਿੰਨੀਆਂ ਮਰਜ਼ੀ ਚੋਪੜੀਆਂ ਗੱਲਾਂ ਕਰੀ ਜਾ ਅੰਦਰ ਕੁਝ ਹੋਰ ਹੁਣ ਆਪਾਂ ਉਤੋਂ ਤੇ ਸਾਰੇ ਕਹਿ ਦਿੰਨੇ ਆ ਵੀ ਸਭ ਤੋਂ ਵੱਡਾ ਪ੍ਰਮਾਤਮਾ ਪਰ ਅੰਦਰੋਂ ਨਹੀਂ ਨਹੀਂ ਪੈਸਾ ਚਾਹੀਦਾ ਪੈਸੇ ਬਿਨਾ ਗੱਲ ਥੋੜੀ ਬਣਦੀ ਹੈ ਗੱਡੀ ਥੋੜੀ ਚੱਲਦੀ ਹੈ ਉਤੋਂ ਆਪਾਂ ਕਹਿੰਦੇ ਆ ਵੀ ਮਹਾਰਾਜ ਨਾਮ ਦੋ ਅੰਦਰੋਂ ਢਿੱਡ ਕੀ ਕਹਿੰਦਾ ਵਾ ਨਾਮ ਨਾਲ ਮੇਰੀ ਗੱਡੀ ਥੋੜੀ ਚੱਲਣੀ ਹੈ ਮਨ ਨੂੰ ਤੇ ਪੈਸਾ ਚਾਹੀਦਾ ਹੈ ਦੋ ਚੀਜ਼ਾਂ ਨਾ ਪ੍ਰਮਾਤਮਾ ਤੇ ਪੈਸਾ ਹੁਣ ਉਤੋਂ ਆਪਾਂ ਸਾਰੇ ਕਹਿੰਨੇ ਆ ਰੱਬ ਵੱਡਾ ਹੈ ਰੱਬ ਵੱਡਾ ਹੈ ਪਰ ਮਾਪ ਕਰਿਓ ਢਿੱਡੋਂ ਅਸੀਂ ਹੋਰ ਕਿਸੇ ਨੂੰ ਵੱਡਾ ਮੰਨਦੇ ਆ ਇਸ ਕਰਕੇ ਗੁਰਬਾਣੀ ਕਹਿੰਦੀ ਆ ਵਿਣ ਬੋਲਿਆਂ ਸਭ ਕੇ ਜਾਣਦਾ ਤੇ ਚੀਜ਼ ਉਹ ਮਿਲੇਗੀ ਜਿਹੜੀ ਸਾਡੇ ਢਿੱਡ ਦੀ ਭੁੱਖ ਹੋਵੇ ਜੋ ਅਸੀਂ ਅੰਦਰੋਂ ਆਂਦਰਾਂ ਤੋਂ ਚਾਹੁੰਦੇ ਹੋਵਾਂਗੇ ਨਾ ਉਹ ਮਿਲੇਗੀ ਆਪ ਹਰਾਨ ਹੋਵੋਗੇ ਗੁਰਬਾਣੀ ਨੇ ਹਰ ਗੱਲ ਦਾ ਜਵਾਬ ਦਿੱਤਾ ਰੋਹਾਨੀਅਤ ਗੁਰਬਾਣੀ ਕਹਿੰਦੀ ਹੈ ਜੈਸੀ ਭੁੱਖ ਤੈਸੀ ਕਾ ਪੂਰਕ ਜਿਹੋ ਜਿਹੀ ਭੁੱਖ ਲੱਗੀ ਹੈ ਉਹੋ ਜੀ ਦਾਤ ਰੱਬ ਤੈਨੂੰ ਦੇਵੇਗਾ ਉੱਤੋ ਜੋ ਮਰਜ਼ੀ ਤੂੰ ਕਰੀ ਜਾ ਇਹਨੂੰ ਕਹਿੰਦੇ ਆ ਸਰਬੰਗ ਗਿਆਤਾ ਸਭ ਜਾਣਦਾ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਨਾ ਚੋਪੜੇ ਬੁੱਲਾਂ ਆਲਿਆਂ ਤੋਂ ਰੱਬ ਖੁਸ਼ ਨਹੀਂ ਹੁੰਦਾ ਉਹ ਚੋਪੜੇ ਬੁੱਲਾਂ ਦਾ ਮਤਲਬ ਇਹਨੂੰ ਇੱਕ ਇੱਕ ਦਿਨ ਪੜਦਿਆਂ ਵੈਸੇ ਗੱਲ ਚੰਗੀ ਲੱਗੀ ਚੋਪੜੇ ਬੁੱਲਾਂ ਵਾਲਿਆਂ ਤੋਂ ਰੱਬ ਕੁਛ ਨਹੀਂ ਹੁੰਦਾ ਚੋਪੜੇ ਬੁੱਲ ਬੈਨੇ ਬੜੀਆਂ ਮਿੱਠੀਆਂ ਗੱਲਾਂ ਕਰਦੇ ਤੇ ਅੰਦਰੋਂ ਸ਼ੁਰੀ ਫੇਰਨੇ ਇੰਨਾ ਤੇ ਰੱਬ ਖੁਸ਼ ਨਹੀਂ ਹੁੰਦਾ ਮੂੰਹੋਂ ਕੁਝ ਕਹਿਣਾ ਤੇ ਅੰਦਰੋਂ ਕੁਝ ਹੁਣ ਤੁਸੀਂ ਹਰਾਨ ਹੋਵੋਗੇ ਜਿਹੋ ਜੀ ਬੰਦੇ ਦੀ ਭਾਵਨਾ ਵਾਣਾ ਟਿੱਡੋ ਵੀ ਮਹੱਤਾ ਕਿਨੂੰ ਦਿੰਦਾ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ ਜਿਹੋ ਜਿਹਾ ਹਿਰਦੇ ਦਾ ਭਾਵ ਹੈ ਭਾਵਨਾ ਹੀ ਇੱਕ ਏਦਾਂ ਦੀ ਸ਼ੈ ਹੈ ਜਿਹੜੀ ਹਰ ਕਰਮ ਨੂੰ ਭਗਤੀ ਬਣਾਉਂਦੀ ਜੇ ਭਾਵਨਾ ਨਾ ਹੋਵੇ ਤੁਸੀਂ ਇੱਕ ਗੱਲ ਕਿਤੇ ਨੋਟ ਕਰਿਓ ਭਾਵਨਾ ਜਦੋਂ ਰੋਟੀ 'ਚ ਆ ਗਈ ਤਾਂ ਉਹ ਕੀ ਬਣ ਗਿਆ ਲੰਗਰ ਪ੍ਰਸ਼ਾਦ ਹੈ ਤੇ ਉਹੋ ਹੀ ਆਟਾ ਨਾ ਜਿਹੜਾ ਆਪਣੇ ਘਰੇ ਉਹੀ ਕਿਉਂ ਗੁਰਦੁਆਰੇ ਬਣੇ ਤੇ ਦੇਗਾ ਘਰ ਚ ਬਣੇ ਤੇ ਹਲਵਾ ਵਾ ਗੁਰਦੁਆਰੇ ਬਣੇ ਤੇ ਕੜਾਵਾ ਘਰ ਚ ਬਣੇ ਤੇ ਹਲਵਾ ਵਾ ਹੁਣ ਜਦੋਂ ਭਾਵਨਾ ਦਿਲ ਦੀ ਭਾਵਨਾ ਗੁਰੂ ਦੇ ਪ੍ਰਸ਼ਾਦੇ ਚ ਆ ਗਈ ਤੇ ਉਹ ਪ੍ਰਸ਼ਾਦ ਬਣ ਜਾਂਦਾ ਨਹੀਂ ਭਾਵਨਾ ਹੈਗੀ ਤੇ ਉਹਨਾਂ ਅਗਲੇ ਪਤਾ ਕੀ ਕਹਿੰਦੇ ਨੇ ਰੋਟੀਆਂ ਖਾਣ ਨੂੰ ਗੁਰਦੁਆਰੇ ਤੁਰੇ ਫਿਰਦੇ ਜੇ ਭਾਵਨਾ ਨਹੀਂ ਤੇ ਅੱਛਾ ਉਹੀ ਭਾਵਨਾ ਜਾਂ ਇਦਾਂ ਕਰ ਲਈਏ ਵੀ ਭਗਤੀ ਜਿਹੜੀ ਨਾ ਦਿਲੋਂ ਆਂਦਰਾਂ ਦੀ ਭੁੱਖ ਆਂਦਰਾਂ ਦੀ ਭੁੱਖ ਨੂੰ ਭਾਵਨਾ ਕਹਿੰਦੇ ਨਾ ਵੀ ਦਿਲ ਕੀ ਚਾਹੁੰਦਾ ਅੰਦਰੋਂ ਬੰਦਾ ਕੀ ਚਾਹੁੰਦਾ ਉਹੀ ਭਾਵਨਾ ਜਦੋਂ ਪਾਣੀ ਦੇ ਵਿੱਚ ਆ ਗਈ ਬਾਹਰ ਦੁਨੀਆ ਦਾ ਪਾਣੀ ਤੇ ਗੁਰੂ ਦੇ ਘਰ ਦਾ ਪਾਣੀ ਕੀ ਬਣ ਜਾਂਦਾ ਜਲ ਸ਼ਕਤੀਆਂ ਦਾ مالک ਸ਼ਕਤੀਆਂ ਦਾ ਸੋਮਾ ਬਾਰ ਪੈਰ ਧੋਣ ਵਾਲਾ ਪਾਣੀ ਤੇ ਇੱਥੇ ਜੇ ਪੈਰ ਧੋਤੇ ਤੇ ਚਰਣਾ ਅਮ੍ਰਿਤ ਉਹੀ ਭਾਵਨਾ ਜਦੋਂ ਸਫਰ ਦੇ ਵਿੱਚ ਆ ਗਈ ਤਾਂ ਸਫਰ ਕੀ ਬਣ ਜਾਂਦਾ ਹੈ ਚਰਨ ਚਲੋ ਮਾਰਗ ਗੋਬਿੰਦ ਯਾਤਰਾ ਗੁਰਧਾਮਾਂ ਦੀ ਯਾਤਰਾ ਗੁਰੂ ਦੇ ਦਵਾਰਿਆਂ ਦੇ ਦਰਸ਼ਨ ਉਹੀ ਭਾਵਨਾ ਜਦੋਂ ਸੰਗੀਤ ਵਿੱਚ ਆ ਗਈ ਉਹ ਕੀ ਬਣ ਜਾਂਦਾ ਕੀਰਤਨ ਰਾਗ ਕੀ ਬਣ ਗਿਆ ਕੀਰਤਨ ਬਣ ਗਿਆ ਉਹੀ ਭਾਵਨਾ ਜਦੋਂ ਘਰ ਦੇ ਵਿੱਚ ਆ ਗਈ ਤੇ ਉਹ ਕੀ ਬਣ ਜਾਂਦਾ ਮੰਦਰ ਕਾਰਜ ਦੇ ਵਿੱਚ ਆ ਗਈ ਤੇ ਕਰਮ ਕਿਰਿਆ ਦੇ ਵਿੱਚ ਆ ਗਈ ਤੇ ਸੇਵਾ ਤੇ ਜਦੋਂ ਉਹੀ ਭਾਵਨਾ ਇਸ ਬੰਦੇ ਦੇ ਅੰਦਰ ਆ ਜਾਂਦੀ ਤੇ ਇਹ ਬੰਦਾ ਕੀ ਬਣ ਜਾਂਦਾ ਦੇਵਤਾ ਸ਼ੰਤ ਭਗਤ ਰੱਬ ਭਾਵਨਾ ਦੇ ਸਿਰ ਤੇ ਜਿਉਂਦਾ ਹੈ ਜਿਵੇਂ ਰੋਟੀ ਤੇ ਸਿਰ ਤੇ ਬੰਦਾ ਜਿਉਂਦਾ ਨਾ ਰੋਟੀ ਨਾ ਮਿਲੇ ਤੇ ਮੌਤ ਰੱਬ ਉਹਨਾਂ ਘਰਾਂ 'ਚ ਮਰ ਚੁੱਕਾ ਵਾ ਜਿਨ੍ਹਾਂ ਘਰਾਂ 'ਚ ਪ੍ਰੇਮ ਨਹੀਂ ਪਰਮੇਸ਼ਰ ਦਾ ਭਗਤੀ ਨਹੀਂ ਆ ਕਿਸੇ ਸੱਜਣ ਨੂੰ ਤੁਸੀਂ ਪੁੱਛੋ ਕਈ ਕਹਿਣਗੇ ਜੀ ਦਿਲ 'ਚ ਪ੍ਰੇਮ ਹੋਣਾ ਚਾਹੀਦਾ ਉਹ ਸਾਨੂੰ ਕਿਦਾਂ ਪਤਾ ਲੱਗੇ ਵੀ ਤੇਰੇ ਦਿਲ 'ਚ ਪ੍ਰੇਮ ਆ ਮੁੰਡਾ ਜਾਂ ਬਜ਼ੁਰਗ ਹੋਵੇ ਪਾਟੇ ਲੀੜੇ ਹੋਣ ਕੱਪੜੇ ਹੋਣ ਟੁੱਟੀ ਮੰਜੀ ਹੋਵੇ ਤੇ ਕੋਈ ਜਾ ਕੇ ਕਵੇ ਟਾਡੇ ਬੁੱਢੇ ਦਾ ਤੇ ਆ ਹਾਲ ਆ ਤੇ ਆਪਾਂ ਕੀ ਕਹੀਏ ਨਹੀਂ ਨਹੀਂ ਮੇਰੇ ਦਿਲ ਚ ਬੜਾ ਪ੍ਰੇਮ ਆ ਉਹ ਕਹਿੰਦੇ ਉਹ ਭੁੱਖਾ ਮਰ ਗਿਆ ਤੇਰੇ ਦਿਲ ਦੇ ਪ੍ਰੇਮ ਨੂੰ ਮੈਂ ਕੀ ਕਰਾਂ ਪ੍ਰੇਮ ਦੀ ਕਮਾਈ ਕਰਨੀ ਪੈਂਦੀ ਹੈ ਭਾਵਨਾ ਕਮਾਉਣੀ ਪੈਂਦੀ ਹੈ ਭਾਵਨਾ ਦਿਲ ਚ ਨਹੀਂ ਰੱਖਿਆ ਸਰਦਾ ਭਾਵਨਾ ਦੀ ਕਮਾਈ ਕਰਨੀ ਪੈਂਦੀ ਹੈ ਪ੍ਰੇਮ ਦਿਲ ਚ ਰੱਖਿਆ ਕੁਝ ਨਹੀਂ ਹੁੰਦਾ ਸੰਗਤ ਹੈ ਭੁੱਖੀ ਸੀ ਨਈ ਜੀ ਮੇਰੇ ਮਨਚ ਤੇ ਸੰਗਤ ਦਾ ਬਹੁਤ ਸਤਿਕਾਰ ਆ ਤੂੰ ਤੇ ਰੋਟੀ ਵੀ ਨਹੀਂ ਪੁੱਛੀ ਤੂੰ ਤੇ ਪਾਣੀ ਵੀ ਨਹੀਂ ਪੁੱਛਿਆ ਤੇ ਤੇਰੇ ਸਤਿਕਾਰ ਨੂੰ ਮੈਂ ਕੀ ਕਰਾਂ ਪ੍ਰੇਮ ਸਤਿਕਾਰ ਭਾਵਨਾ ਦਿਲ ਚ ਰਖੜੀ ਹੋਰ ਗੱਲ ਐ ਕਮਾਈ ਕਰਨੀ ਇਹਦੀ ਹੋਰ ਗੱਲ ਐ ਬੱਚਾ ਹੋਵੇ ਪਾਟੇ ਤੁਹਾਡੇ ਘਰ ਚ ਤੁਹਾਡਾ ਕੋਈ ਬੱਚਾ ਹੈ ਮੰਨ ਲਓ ਤੁਹਾਡੇ ਔਲਾਦ ਆ ਤੁਹਾਡਾ ਲੜਕਾ ਵਾ ਪਾਟੇ ਕੱਪੜੇ ਹੋਣ ਰੋਟੀ ਉਹਨੂੰ ਮਿਲੇ ਨਾ ਤਾਨੂੰ ਕੋਈ ਆਣ ਕੇ ਕਵੇ ਉਹ ਤੁਹਾਡਾ ਮੁੰਡਾ ਭੁੱਖਾ ਤੁਰਿਆ ਫਿਰਦਾ ਤੁਸੀਂ ਕਹੋ ਨਹੀਂ ਨਹੀਂ ਮੇਰੇ ਦਿਲ ਚ ਬੜਾ ਪ੍ਰੇਮ ਹੈ ਸਾਨੂੰ ਕਿਦਾਂ ਪਤਾ ਲੱਗੇ ਵੀ ਤੇਰੇ ਦਿਲ ਚ ਪ੍ਰੇਮ ਹੈ ਪ੍ਰੇਮ ਦੀ ਕਮਾਈ ਕਰਨੀ ਪੈਂਦੀ ਸ਼ੇਖ ਸਾਦੀ ਸਾਹਿਬ ਦੀ ਕਿੱਡੀ ਸੋਹਣੀ ਸਾਖੀ ਆਉਂਦੀ ਕਿਸੇ ਫਕੀਰ ਨੂੰ ਮਿਲ ਗਏ ਮੁਸਲਮਾਨ ਮੱਥਾ ਨਹੀਂ ਨਾ ਟੇਕਦੇ ਮੱਥਾ ਟੇਕਣਾ ਹਰਾਮ ਮੰਨਿਆ ਗਿਆ ਉਹ ਕਹਿੰਦੇ ਧੌਣ ਜਿਹੜੀ ਹੈ ਸਿਰ ਜਿਹੜਾ ਵਾ ਸਜਦਾ ਇਹ ਖੁਦਾ ਨੂੰ ਹੋ ਸਕਦਾ ਔਰ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਜਿਵੇਂ ਆਪਾਂ ਕੋਈ ਬਜ਼ੁਰਗ ਹੋਵੇ ਉਹਦੇ ਗੋਡੀਆਂ ਹੱਥ ਲਾਉਨੇ ਗੋਡੀਆਂ ਹੱਥ ਲਾਉਣਾ ਵੀ ਹਰਾਮ ਹੈ। ਇਹ ਕੀ ਕਰਦੇ ਆ ਹੱਥ ਸੁੱਟਦੇ ਆ ਦਸਤਬੋਸੀ ਕਹਿੰਦੇ ਨਾ ਹੱਥ ਸੁੱਟਦੇ ਆ। ਬਹੁਤਾ ਸਤਕਾਰ ਯੋਗ ਆ ਤੇ ਤਿੰਨ ਵਾਰੀ ਗੱਲ ਮਿਲਦੇ। ਹੱਥ ਚੁੰਮਦੇ ਆ ਬਹੁਤਾ ਸਤਕਾਰ ਯੋਗ ਆ ਤੇ ਤਿੰਨ ਵਾਰੀ ਗੱਲ ਨਹੀਂ ਮਿਲਦੇ ਹੁੰਦੇ ਇੱਕ ਦੂਜੇ ਨੂੰ ਜਫੀ ਜੀ ਪਾਉਂਦੇ ਹੁੰਦੇ। ਬਸ ਇਹਨਾਂ 'ਚ ਇਹੀ ਸਤਕਾਰ ਹੁੰਦਾ ਆਪਣੇ ਵਾਂਗ ਨਹੀਂ ਕੋਈ ਸੰਤ ਸਾਧੂ ਆ ਉਹਨੂੰ ਫਤਿਹ ਬੁਲਾਉਣੀ ਜਾਂ ਨਮਸਕਾਰ ਕਰਨੀ ਜਾਂ ਸਿਰ ਝੁਕਾਉਣਾ ਜੋ ਦੀਸੇ ਗੁਰਸਿੱਖੜਾ ਤੇ ਸਨਿਬਨਿਬ ਲਾਗੂ ਪਾਈ ਜੀ। ਇਹ ਨਹੀਂ ਹੁੰਦਾ ਇੰਨਾ ਚ ਇੰਨਾ ਚ ਹਰਾਮ ਮੰਨਿਆ ਜਾਂਦਾ ਹੈ ਸ਼ੇਖ ਸਾਦੀ ਸਾਹਿਬ ਇੱਕ ਸੰਤਤ ਕੋਲੇ ਗਏ ਇੱਕ ਫਕੀਰ ਕੋਲੇ ਗਏ ਹੋਰ ਵੀ ਫਕੀਰ ਸੀ ਉਹਨੇ ਬੜਾ ਪ੍ਰੇਮ ਕੀਤਾ ਜਫੀਆਂ ਹੀ ਪਾਈ ਜਾਵੇ ਹਾਥੀ ਚੁੰਮੀ ਜਾਵੇ ਇਹ ਵਿਚਾਰੇ ਭੁੱਖੇ ਪਿਆਸੇ ਹਾਰ ਕੇ ਸਾਦੀ ਸਾਹਿਬ ਨੂੰ ਕਹਿਣਾ ਹੀ ਪੈ ਗਿਆ ਕਹਿੰਦੇ ਹਾਥੀ ਚੱਟੀ ਜਾਣਾ ਕਿ ਕੋ ਦਵੇਂਗਾ ਵੀ ਖਾਣ ਦਾ ਇਹ ਜਫੀਆਂ ਪਾਈ ਜਾਵੇਗਾ ਪ੍ਰੇਮ ਦਿਲ ਚਾ ਸਾਨੂੰ ਕੀ ਪਤਾ ਹੈ ਭਾਵਨਾ ਦਿਲ ਚ ਸਾਨੂੰ ਕੀ ਪਤਾ ਹੈ ਆਪਦੇ ਘਰ ਚ ਕਦੀ ਇਦਾਂ ਕੀਤਾ ਵਾ ਵੀ ਪਿਓ ਭੁੱਖਾ ਹੋਵੇ ਮਾਂ ਭੁੱਖਾ ਮਾਂ ਭੁੱਖੀ ਹੋਵੇ ਤੇ ਕਵੇ ਜੀ ਮੇਰਾ ਤੇ ਪ੍ਰੇਮ ਇਦਾਂ ਗੁਰੂ ਕੇ ਘਰ ਦੇ ਵਿੱਚ ਗੁਰਸਿੱਖੀ ਦੇ ਵਿੱਚ ਆਪਣੇ ਪ੍ਰੇਮ ਨੂੰ ਜ਼ਾਹਰ ਕਰਨ ਵਾਸਤੇ ਗੁਰੂ ਦੇ ਦਰਸ਼ਨ ਕਰਨ ਗੁਰਦੁਆਰੇ ਜਾਣਾ ਪੈਂਦਾ ਹੈ ਇਦਾਂ ਕਿਹਾ ਨਹੀਂ ਸਰਦਾ ਵੀ ਰੱਬ ਹਰ ਥਾਂ ਤੇ ਪ੍ਰਕਰਮਾਂ ਕਰਨੀਆਂ ਇਹ ਦਿਲ ਦਾ ਪ੍ਰੇਮ ਹੈ ਕੜਾ ਪ੍ਰਸ਼ਾਦ ਦੀ ਦੇਗ ਦਾ ਭੋਗ ਲਵਾਇਆ ਕਦੀ ਮਹਾਰਾਜ ਨੂੰ ਕਹੀ ਜੋ ਬੜਾ ਪ੍ਰੇਮ ਆ ਮੇਰਾ ਇਹ ਵੀ ਕੀ ਆ ਪ੍ਰੇਮ ਨੂੰ ਪ੍ਰਗਟ ਕਰਨਾ ਪ੍ਰੇਮ ਦੀ ਕਮਾਈ ਕਰਨੀ ਭਾਵਨਾ ਦੀ ਕਮਾਈ ਕਰਨੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਗੁਰੂ ਸਾਹਿਬ ਨੂੰ ਰਮਾਲਾ ਚੜਾਉਣਾ ਗੁਰੂ ਘਰ ਜਾ ਕੇ ਸੇਵਾ ਕਰਦੀ ਇਹ ਕੀ ਆ ਆਪਣੀ ਭਾਵਨਾ ਆਪਣੇ ਪ੍ਰੇਮ ਨੂੰ ਪ੍ਰਗਟ ਕਰਨਾ ਇਹਦੀ ਕਮਾਈ ਕਰਦੀ ਕਿਉਂ ਬਿਨਾ ਇਹਦੀ ਕਮਾਈ ਤੋਂ ਪ੍ਰਗਟ ਕਰਨ ਤੋਂ ਲਾਭ ਪ੍ਰਾਪਤ ਨਹੀਂ ਹੁੰਦਾ ਹੁਣ ਕਿੱਡੇ ਕਿੱਡੇ ਗੁਰਮਖੀ ਜਿਹੜੇ 20-20 ਪ੍ਰਕਰਮਾ ਕਰੀ ਜਾਂਦੇ ਕਿੱਡੇ ਕਿੱਡੇ ਮਹਾਪੁਰਸ਼ ਸੀ ਜਿਹੜੇ ਸਤਗੁਰੂ ਜੀ ਦੇ ਦਰਸ਼ਨ ਹੀ ਕਰੀ ਜਾਂਦੇ ਦਰਸ਼ਨਾ ਬਿਨਾ ਅੰਨ ਪਾਣੀ ਨਹੀਂ ਹੋ ਸਕਦੇ ਇਹ ਕੀ ਆ ਪ੍ਰੇਮ ਇੱਥੋਂ ਹੀ ਪਤਾ ਲੱਗਦਾ ਹੋਰ ਤੇ ਕੋਈ ਥਰਮਾਮੀਟਰ ਹੈ ਨਹੀਂ ਵੀ ਕਿੰਨਾ ਕੁ ਪ੍ਰੇਮ ਹੁਣ ਸਾਡੇ ਵਿੱਚ ਇੱਕ ਨਿੱਕਾ ਜਿਹਾ ਸਵਾਲ ਰਮਾਲੇ ਚੜਾਈ ਜਾਂਦੇ ਜਦੋਂ ਆਪ ਕੱਪੜੇ ਲੈਂਦੇ ਉਦੋਂ ਤੇ ਕਦੀ ਚੇਤਾ ਨਹੀਂ ਆਉਂਦਾ ਜੇ ਸਰਨ ਦੀ ਗੱਲ ਕਰੀਏ ਤੇ ਸਕੂਟਰ ਲੈਣ ਦੀ ਕੀ ਲੋੜ ਪਈ ਹੈ ਸਰਦਾ ਦੇ ਸਾਈਕਲ ਤੇ ਵੀ ਆ ਫਿਰ ਜੇ ਸਰਦ ਦੀ ਗੱਲ ਕਰੀਏ ਤੇ ਗੱਡੀ ਲੈਣ ਦੀ ਕੀ ਲੋੜ ਪਈ ਹੈ ਸਰਦਾ ਤੇ ਬਸ ਤੇ ਵੀ ਆ ਫਿਰ ਹੁਣ ਇੱਕ ਸਾਡੇ ਸਵਾਲ ਕੀ ਜਾਂਦੇ ਹਰਮੰਦਰ ਸਾਹਿਬ ਤੇ ਸੋਨਾ ਲੱਗਾ ਨਾ ਤੇ ਮੈਂ ਲਾਇਆ ਹੀ ਆ ਤੇ ਜਿਨੇ ਕੀਤਾ ਸਵਾਲ ਉਹਨੇ ਪੀਰ ਨੇ ਵੀ ਦੁੱਕੀ ਨਹੀਂ ਦਿੱਤੀ 200 ਸਾਲ ਬਾਅਦ ਬਾ ਸਿਰ ਫਸਾਉਣਾ ਜਿਨੇ ਲਾਇਆ ਵਾ ਉਹ ਸੱਚਖੰਡ ਬੈਠਾ ਹੋਊਗਾ ਗੁਰੂ ਸਾਹਿਬ ਦੀ ਸੇਵਾ ਕਰਕੇ ਹੁਣ ਇਹ 100 150 ਸਾਲ ਬਾਅਦ ਜਦੋਂ ਤੋਂ ਸੋਨਾ ਲੱਗਾ ਹੋਵੇਗਾ ਉਹਦੇ ਬਾਅਦ ਅੱਜ ਸਵਾਲ ਕੀਤਾ ਜਾ ਰਿਹਾ ਸੋਨਾ ਕਿਉਂ ਲੱਗਾ ਜਾਂ ਕਿਉਂ ਲਾਇਆ ਜਾ ਰਿਹਾ ਜਿੱਥੇ ਪ੍ਰੇਮ ਹੁੰਦਾ ਉਥੇ ਹਿਸਾਬ ਕਿਤਾਬ ਨਹੀਂ ਹੁੰਦਾ ਇਹ ਤਾਂ ਗੱਲ ਪੱਕੀ ਹੈ ਹੁਣ ਆਪਣੇ ਤੋਂ ਘਰ ਦੇ ਵਿੱਚ ਕੋਈ ਬੰਦਾ ਆਣ ਕੇ ਸਾਨੂੰ ਬਾਹਰੋਂ ਕਵੇ ਮੈਨੂੰ ਧਾਰੇ 2 ਲੱਖ ਰੁਪਈਆ ਦੇ ਜਾਂ 5 ਲੱਖ ਰੁਪਈਆ ਦੇ ਆਪਾਂ ਕਦੀ ਵੀ ਨਹੀਂ ਦਿੰਦੇ ਜਿਹੋ ਜਿਹਾ ਮਾਹੌਲ ਚੱਲ ਰਿਹਾ ਮੋਦੀ ਨੇ ਜਿੱਦਾਂ ਲੋਕਾਂ ਦਾ ਲਹੂ ਪੀਤਾ ਵਗਾ ਆਸਬ ਨਹੀਂ ਆਵੀ ਮੋੜਨਗੇ ਕਦੀ ਵੀ ਨਹੀਂ ਦਿੰਦੇ ਉਹੀ ਸਾਡਾ ਬੱਚਾ ਆਣ ਕੇ ਸਾਨੂੰ ਕਵੇ ਮੈਂ ਵਿਦੇਸ਼ ਦੇ ਵਿੱਚ ਜਾਣਾ ਵਾਂ ਏਜੰਟ ਨੂੰ 10 ਲੱਖ ਦੇਣਾ ਅਸੀਂ ਕਰਜ਼ਾ ਚੁੱਕਣ ਨੂੰ ਵੀ ਤਿਆਰ ਪ੍ਰੇਮ ਜਿੰਨੂੰ ਸਮਝ ਲਿਆ ਨਾ ਵੀ ਮੇਰਾ ਵਾ ਉੱਥੇ ਹਸਾਬ ਕਿਤਾਬ ਨਹੀਂ ਹੁੰਦੇ ਇੱਕ ਅੰਗਰੇਜ਼ ਸੱਜਣ ਦੀ ਤੁਸੀਂ ਕਹਾਣੀ ਸੁਣੀ ਹੋਊਗੀ ਨਾ ਉਹਦੇ ਵਿਕਲਾੰਗ ਲੜਕੀ ਪੈਦਾ ਹੋਈ ਸੀ ਪੋਲੀਓ ਸੀ ਲੜਕੀ ਦੇ ਸਰੀਰ ਨਹੀਂ ਸੀ ਚੱਲਦਾ ਹੱਥ ਪੈਰ ਅਮੀਰ ਬਹੁਤ ਸੀ ਹੁਣ ਗੱਲ ਕੀ ਹੈ ਲਹੂ ਦਾ ਰਿਸ਼ਤਾ ਮੇਰਾ 52 ਮਿਲੀਅਨ ਡਾਲਰ ਲਾ ਕੇ ਉਹਨੇ ਪਾਰਕ ਬਣਾਇਆ ਕਮ 50 ਮਿਲੀਅਨ ਡਾਲਰ ਲਾ ਕੇ 1 ਮਿਲੀਅਨ ਚ ਕਿੰਨੇ ਹੁੰਦੇ 10 ਲੱਖ 10 ਲੱਖ ਹੁੰਦਾ 1 ਮਿਲੀਅਨ 51 ਮਿਲੀਅਨ ਡਾਲਰ ਲਾ ਕੇ ਉਹਨੇ ਪਾਰਕ ਬਣਾਇਆ ਜੀ ਜਿੱਥੇ ਵਿਕਲਾੰਗ ਬੱਚੇ ਖੇਡ ਸਕਣ ਝੂਲਿਆਂ ਦਾ ਆਨੰਦ ਮਾਣਨ ਸਕਣ ਵੀ ਜਿੰਨੇ ਦੁਨੀਆ ਚ ਵਿਕਲਾੰਗ ਬੱਚੇ ਆ ਨਾ ਵੀ ਮੇਰੀ ਬੱਚੀ ਵਿਕਲਾੰਗਾ ਹੱਥ ਪੈਰ ਨਹੀਂ ਚੱਲਦੇ ਉਹ ਸਾਰੇ ਇੱਥੇ ਆਉਣ ਉਹ ਆਨੰਦ ਲੈ ਸਕਣ ਉਹ ਖੁਸ਼ੀ ਮਹਿਸੂਸ ਕਰਨ ਜਿਹੜੇ ਦੂਜੇ ਬੱਚੇ ਜਿਨ੍ਹਾਂ ਦੇ ਹੱਥ ਪੈਰ ਠੀਕ ਆ ਕਰਦੇ ਹੁਣ ਉਹਨੂੰ ਕਿਸੇ ਨੇ ਪੁੱਛਿਆ ਤੂੰ ਤੇ ਦੁੱਕੀ ਨਹੀਂ ਸੀ ਕਿਸੇ ਨੂੰ ਕਹਿੰਦਾ ਤੇ 52 ਮਿਲੀਅਨ ਡਾਲਰ ਖਰਚਦਾ ਕਹਿੰਦਾ ਮੇਰੀ ਬੱਚੀ ਹੈ ਮੈਂ ਪੈਸੇ ਕਿੱਥੇ ਖੜਦੇ ਇਹਦਾ ਮਤਲਬ ਕਿ ਜਿੱਥੇ ਮੇਰਾ ਵਾਣਾ ਵੀ ਇਹ ਮੇਰੇ ਆ ਇਹ ਮੇਰਾ ਵਾ ਉਥੇ ਅਸੀਂ ਹਿਸਾਬ ਕਿਤਾਬ ਨਹੀਂ ਕਰਦੇ ਤੇ ਜਿੰਨੂੰ ਅਸੀਂ ਆਪਣਾ ਨਹੀਂ ਸਮਝਦੇ ਉਹਦੇ ਨਾਲ ਸਾਡੇ ਹਿਸਾਬ ਕਿਤਾਬ ਚੱਲਦੇ ਆ ਜਦੋਂ ਅਸੀਂ ਗੁਰੂ ਨੂੰ ਆਪਣਾ ਸਮਝ ਦਿਆਂ ਫੇਰ ਹਸਾਬਕਤਾ ਮੁੱਕ ਜਾਂਦੇ ਉੱਥੇ ਫੇਰ ਇਹ ਚੇਤਾ ਹੀ ਨਹੀਂ ਰਹਿੰਦਾ ਵੀ ਸੋਨਾ ਲਾਤਾ ਜਾਂ ਰਮਾਲੇ ਚੜ ਰਹੇ ਜਾਂ ਮਥੇ ਟਿਕ ਰਹੇ ਜਾਂ ਪ੍ਰਕਰਮਾ ਹੋ ਰਹੀਆਂ ਜਾਂ ਗੁਰਦੁਆਰਿਆਂ ਦੀ ਸੇਵਾ ਹੋ ਰਹੀ ਹੈ ਜਾਂ ਹਸਪੀਟਲ ਬਣ ਰਹੇ ਸੰਗਤ ਦੀ ਸੇਵਾ ਵਾਸਤੇ ਇਹੀ ਤੇ ਫਰਕ ਆ ਨਾ ਤਾਂ ਚਲੋ ਵਿਸ਼ਾ ਥੋੜਾ ਜਿਹਾ ਲੰਮਾ ਹੋਈ ਜਾ ਰਿਹਾ ਹੈ ਪਰਮੇਸ਼ਰ ਕਿਹੜੀ ਵਸਤੂ ਦਾ ਫਲ ਦਿੰਦਾ ਹੈ ਜਿਹੜੀ ਢਿੱਡ ਦੀ ਭੁੱਖਾ ਉਤੋਂ ਕਹਿਣ ਦੇ ਨਾਲ ਰੱਬ ਨਹੀਂ ਠੱਗਿਆ ਜਾਂਦਾ ਮੋਮੜੀਆਂ ਗੱਲਾਂ ਮੂੰਹ ਮਿੱਠੀਆਂ ਗੱਲਾਂ ਕਰਦੇ ਨਾਲ ਮੋਮਮਣ ਠੱਗੀਆਂ ਗੱਲਾਂ ਕਰਦੇ ਨਾਲ ਰੱਬ ਨਹੀਂ ਠੱਗਿਆ ਜਾਂਦਾ ਉਹ ਸਭ ਕੁਝ ਜਾਣਦਾ ਹੈ ਕਿਹਦੇ ਅੰਦਰ ਕੀ ਚੱਲਦਾ ਪਿਆ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਇਹਨੂੰ ਕਹਿੰਦੇ ਸਰਬੰਗਿਆਤਾ ਸਭ ਪਤਾ ਐਸਾ ਵਾਹਿਗੁਰੂ ਪਰਮੇਸ਼ਰ ਸਰਬੰ ਭਾਨੇ ਇਸੇ ਤਰ੍ਹਾਂ ਭਾਨੇ ਨਾਮ ਹੁੰਦਾ ਪ੍ਰਕਾਸ਼ ਦੇਣ ਵਾਲੇ ਦਾ ਜਿਹੜਾ ਸਭ ਨੂੰ ਪ੍ਰਕਾਸ਼ ਦੇ ਰਿਹਾ ਹੈ ਜਿਹਦੀ ਜਾਂ ਫਿਰ ਇਹਦਾ ਸ਼ੌਖਾ ਜਿਹਾ ਅਰਥ ਜਿਹਦੀ ਜੋਤ ਹਰ ਇੱਕ ਦੇ ਵਿੱਚ ਚਾਨਣ ਕਰਦੀ ਪਈ ਹੈ ਸਭ ਮੈਂ ਜੋਤ ਜੋਤ ਹੈ ਸੋਏ ਹਰੇਕ ਦੇ ਅੰਦਰ ਜੀ ਦੀ ਜੋਤ ਪ੍ਰਕਾਸ਼ ਦੀ ਪਈ ਹੈ ਆਤਮ ਸੱਤਾ ਹਰੇਕ ਦੇ ਅੰਦਰ ਬੈਠੀ ਹੋਈ ਹੈ ਜਿਹੜਾ ਸਭ ਨੂੰ ਪ੍ਰਕਾਸ਼ਨ ਵਾਲਾ ਹੈ ਸਭ ਨੂੰ ਜਾਣਣ ਵਾਲਾ ਹੈ ਤੇ ਜੀ ਦੀ ਜੋਤ ਹਰ ਜਗ੍ਹਾ ਪ੍ਰਕਾਸ਼ ਰਹੀ ਹੈ ਬੈਠੀ ਇਦਾਂ ਭਾਨ ਦੇਣ ਵਾਲਾ ਪ੍ਰਕਾਸ਼ਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਜੀ ਹੰਦ ਸਰਬੰਮਾਨੇ ਤੇ ਜਿਹਨੂੰ ਸਾਰੇ ਮੰਨਦੇ ਆ ਸਰਬੰਗ ਮੈਨੇ ਸਾਰੇ ਅਖੀਰ ਮੰਨਣਾ ਹੀ ਪੈਂਦਾ ਹੈ ਜਿਹੜਾ ਸਭ ਤੋਂ ਵੱਡਾ ਹੈ ਤਾਕਤਵਰ ਹੈ ਸ਼੍ਰੋਮੜੀ ਹੈ ਜਿਹਦੇ ਵਿੱਚ ਸੰਪੂਰਨ ਗੁਣ ਹਨ ਜਿਵੇਂ ਸ਼੍ਰੀ ਮਦ ਵਾਲਮੀਕ ਰਮਾਇਣ ਦੇ ਵਿੱਚ ਬੜਾ ਸੋਹਣਾ ਸਵਾਲ ਕੀਤਾ ਗਿਆ ਹੈ ਕੀ ਸਵਾਲ ਕੀਤਾ ਗਿਆ ਹੈ ਸਰਬੰਗ ਭਾਨੇ ਸਰਬੰਗ ਮਾਨੇ ਚਲੋ ਸਰਬੰਗ ਮਾਨੇ ਦਾ ਪਹਿਲਾ ਵਿਸਥਾਰ ਕਰ ਲਈਏ ਜਿੰਨੂੰ ਸਾਰੇ ਮੰਨਦੇ ਆ ਜਿੰਨੀਆਂ ਵੀ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੇ ਸ਼ਕਤੀਆਂ ਨੇ ਦੇਵੀ ਦੇਵਤੇ ਨੇ ਸਭ ਝੁਕਦੇ ਹਰ ਜੀਠ ਜੜਨ ਦਾ ਲੋੜ ਗਿਆ ਜਿਸ ਅੱਗੇ ਸਭ ਨਿਵਾਲਾ ਉਹ ਕੌਣਾ ਪਰਮੇਸ਼ਰ ਵਾਹਿਗੁਰੂ ਸਭ ਦਾ ਪੂਜਨੀਕ ਸਤਕਾਰਯੋਗ ਮਾਨਨੀਏ ਜਿਹਦੇ ਵਿੱਚ ਸਭ ਤੋਂ ਵੱਧ ਗੁਣ ਨੇ ਗਿਆਨ ਚ ਵੀ ਪੂਰਾ ਵਿਰਾਗ ਚ ਵੀ ਪੂਰਾ ਪਦਾਰਥਾਂ ਵਿੱਚ ਵੀ ਪੂਰਾ ਬੰਦੇ ਦੇ ਵਿੱਚ ਗਿਆਨ ਹੁੰਦਾ ਪਰ ਥੋੜਾ ਜਿਹਾ ਪਰਮੇਸ਼ਰ ਚ ਸੰਪੂਰਨ ਗਿਆਨ ਹੁੰਦਾ ਹਰ ਚੀਜ਼ ਚ ਸੰਪੂਰਨ ਹੁੰਦੀ ਇਹ ਇਸੇ ਕਰਕੇ ਕਹਿੰਦਾ ਨਾ ਖਟ ਭਗਾ ਸੰਪੰਨ ਤਾਹੇ ਕਹਿਤ ਭਗਵਾਨ ਜਿੱਚ ਖਟ ਗੁਣ ਪੂਰੇ ਹੁਣ ਬੰਦੇ ਚ ਗਿਆਨ ਤੇ ਹੈ ਪਰ ਥੋੜਾ ਇੰਨਾ ਨਹੀਂ ਇੱਕ ਇਸਾਈਆ ਦਿਮਾਗ ਦੇ ਦੋ ਹਿੱਸੇ ਆ ਨਾ ਆਪਣੇ ਇੱਕ ਚੇਤਨ ਤੇ ਇੱਕ ਅਵਚੇਤਨ ਜਦੋਂ ਆਪਾਂ ਜਾਗਦੇ ਪਏ ਆ ਤਾਂ ਹੁਣ ਸਾਡਾ ਚੇਤਨ ਕੌਨਸ਼ੀਅਸ ਮਾਈਂਡ ਕੰਮ ਕਰਦਾ ਪਿਆ ਨੌ ਇਸੇ ਸੁੱਤਾ ਪਿਆ ਵਾ ਇੱਕ ਹੀ ਸਹੀ ਜਾਗਦਾ ਪਿਆ ਹੁਣ ਇੱਕ ਹਿੱਸੇ ਚ ਨੌਲੇਜ ਆ ਗਿਆਨ ਮੰਨ ਲਓ ਅਸੀਂ ਕੋਈ ਕਿਤਾਬ ਪੜ੍ਹੀ ਵੀ ਕਾਮ ਕਰੋਧ ਮਾੜਾ ਹੈ ਇਹ ਗਿਆਨ ਕਿੱਥੇ ਆ ਇੱਕ ਹੀ ਹਿੱਸੇ ਚ ਪਰ ਨੌ ਹਿੱਸੇ ਜਿਹੜਾ ਮਨ ਸਾਡਾ ਅਜੇ ਜਾਗਿਆ ਨਹੀਂ ਨਾ ਸੁੱਤਾ ਪਿਆ ਉਹਦੇ ਵਿੱਚ ਕਾਮ ਕ੍ਰੋਧ ਬੈਠਾ ਹੋਇਆ। ਇਹ ਕਿਸੇ ਨੇ ਪੜ ਲਿਆ ਵੀ ਇਹ ਮਾੜਾ ਵਾ ਪਰ ਜਦੋਂ ਸਮਾਂ ਆਉਂਦਾ ਉਹ ਫਿਰ ਉਹ ਨੌ ਹਿੱਸੇ ਮਾਰਦੇ ਨਾ ਹਲਾਰਾ। ਉਹ ਜਿਹੜਾ ਪੜਿਆ ਸੀ ਨਾ ਕਿਤਾਬਾਂ 'ਚ ਕਾਮ ਕ੍ਰੋਧ ਮਾੜਾ ਉਹ ਚੇਤੇ ਵੀ ਨਹੀਂ ਰਹਿੰਦਾ ਜਦੋਂ ਗੁੱਸਾ ਆਉਂਦਾ। ਜਦੋਂ ਲੋਭ ਪੈਦਾ ਹੁੰਦਾ ਕਿ ਉਹ ਨੌ ਹਿੱਸੇ ਉਹ ਪਹਿਲਾਂ ਅੰਦਰ ਬੈਠਾ ਹੋਇਆ ਇੱਕ ਹੀ ਸਾਗੀ ਕਰ ਲੂਗਾ ਉੱਥੇ। ਜਿਵੇਂ ਧਾਰਮਿਕ ਗ੍ਰੰਥਾਂ ਵਿੱਚ ਤ੍ਰਿਦਾ ਹੰਕਾਰ ਮੰਨਿਆ ਤ੍ਰਿਦਾ ਹੰਕਾਰ ਤਿੰਨ ਤਰ੍ਹਾਂ ਦਾ ਹੰਕਾਰ ਜਿਹੜਾ ਤ੍ਰਿਦਾ ਹੰਕਾਰ ਮੰਨਿਆ ਧਾਰਮਿਕ ਗ੍ਰੰਥਾਂ ਵਿੱਚ ਸਤੋਗੁਣੀ ਤ੍ਰਿਦਾ ਮੈਨੇ ਤਿੰਨ ਤਰ੍ਹਾਂ ਦਾ ਸਤੋਗੁਣੀ ਹੰਕਾਰ ਤੋਂ ਕੌਣ ਪੈਦਾ ਹੋਏ ਬ੍ਰਹਮਾ ਜੀ ਰਾਜੋਗੁਣੀ ਹੰਕਾਰ ਦੇ ਅਭਮਾਨੀ ਕੌਣ ਹਨ ਭਗਵਾਨ ਵਿਸ਼ਨੂੰ ਤਮੋਗੁਣੀ ਹੰਕਾਰ ਦੇ ਅਭਮਾਨੀ ਕੌਣ ਹਨ ਭਗਵਾਨ ਸ਼ਿਵ ਤ੍ਰਿਦਾ ਹੰਕਾਰ ਸਤੋਗੁਣ ਸੰਸਾਰ ਪੈਦਾ ਕੀਤਾ। ਰਜੋਗੁਣ ਤੋਂ ਪਾਲਣਾ ਤੇ ਤਮੋਗੁਣ ਤੋਂ ਭਗਵਾਨ ਸ਼ਿਵ ਖਤਮ ਕਰਦਾ। ਤਾਂ ਜਦੋਂ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਬਣਾਈ ਤਾਂ ਸਭ ਤੋਂ ਪਹਿਲਾਂ ਮਾਇਆ ਤੋਂ ਕੀ ਪੈਦਾ ਕੀਤਾ ਤ੍ਰਿਦਾ ਹੰਕਾਰ। ਇਹਦਾ ਮਤਲਬ ਜਿਹੜਾ ਹੰਕਾਰ ਸਭ ਤੋਂ ਪਹਿਲਾਂ ਪੈਦਾ ਹੋਇਆ। ਇਸੇ ਕਰਕੇ ਕਾਮ ਨੂੰ ਜਿੱਤ ਸਕਦੇ, ਕ੍ਰੋਧ ਨੂੰ ਜਿੱਤ ਸਕਦੇ, ਲੋਭ ਨੂੰ ਜਿੱਤ ਸਕਦੇ, ਮੋਹ ਨੂੰ ਜਿੱਤ ਸਕਦੇ ਪਰ ਹੰਕਾਰ ਨੂੰ ਨਹੀਂ। ਇੰਨਾ ਤੋਂ ਗੁਰੂ ਕਿਰਪਾ ਕਰਕੇ ਬਚਾਵੇ ਕਿਉਂ ਸ੍ਰਿਸ਼ਟੀ ਦੀ ਉਤਪਤੀ ਤੋਂ ਪਹਿਲਾ ਜਿਹੜੀ ਚੀਜ਼ ਬਣੀ ਉਹ ਹੰਕਾਰ ਆਤਰੇ ਦਾ ਹੰਕਾਰ ਉਹਨੂੰ ਕਿਹਾ ਜਾਂਦਾ ਹੈ ਇਸੇ ਕਰਕੇ ਮਹਾਰਾਜ ਅੱਗੇ ਅਰਦਾਸ ਕਰਨੀ ਪੈਂਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਹਾਰਾਜ ਕਿਰਪਾ ਕਰਕੇ ਦੂਰ ਕਰ ਦੇ ਕਰਦੇ ਨਹੀਂ ਤੇ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਜੇ ਆਪਾਂ ਪੜ ਵੀ ਲਿਆ ਵੀ ਕਾਮ ਮਾੜਾ ਹੈ ਪ੍ਰਾਈ ਸਤਰੀ ਦੀ ਸੰਗਤ ਮਾੜੀ ਹੈ ਤੇ ਉਹ ਤਾਂ ਇੱਕ ਹੀ ਸੇਜ ਹੀ ਆ ਜਿਹੜਾ ਨੌਂ ਹਿੱਸੇ ਸਾਡਾ ਦਿਮਾਗ ਅਨਕੌਂਸ਼ੀਅਸ ਅਵਚੇਤਨ ਮਨ ਉਹਦੇ ਵਿੱਚ ਨੌਂ ਹਿੱਸੇ ਕੀ ਬਿਠਾ ਕਾਮ ਨੌਂ ਹਿੱਸੇ ਕੀ ਬਿਠਾ ਕ੍ਰੋਧ ਨੌਂ ਹਿੱਸੇ ਕੀ ਬਿਠਾ ਲੋਭ ਤੇ ਜਦੋਂ ਅਸੀਂ ਇੱਕ ਹਿੱਸੇ 'ਚ ਪੜ ਲਿਆ ਵੀ ਪੈਸੇ ਮਾੜੇ ਆ ਕਿਸੇ ਦੇ ਦੂਜੇ ਦੇ ਚੁੱਕਣੇ ਪਰ ਜਦੋਂ ਨੌਂ ਹਿੱਸੇ ਨੇ ਜ਼ੋਰ ਮਾਰਿਆ ਉਹ ਚੇਤਾ ਹੀ ਨਹੀਂ ਰਹਿੰਦਾ ਵੀ ਕੀ ਪੜਿਆ ਸੀ ਕੀ ਸੁਣਿਆ ਸੀ ਇਸੇ ਕਰਕੇ ਕਹਿੰਦੇ ਨਾ ਵੀ ਗੁਰੂ ਕਿਰਪਾ ਕਰੇ ਮਨਵਾਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਕਾਮ ਕ੍ਰੋਧ আর ਲੋਭ ਉਹ ਬਿਨਸ ਜਾਏ ਹੰਗਬੇਬ ਨਾਨਕ ਪ੍ਰਭ ਸਰਦਾਗਤੀ ਕਰ ਪ੍ਰਸਾਦ ਕਿਉ ਨੋ ਇਸੇ ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਪਾਏ ਆਏ ਜਿੰਨੇ ਕਾਮ ਕ੍ਰੋਧ ਜਿਹੜਾ ਨਾ ਨੋ ਇਸੇ ਬੈਠਾ ਹੈ ਗੁਰੂ ਕੱਢੇ ਤੇ ਨਿਕਲ ਨਗੇ ਨਹੀਂ ਤੇ ਨਹੀਂ ਨਿਕਲ ਲਗੇ ਚਲੋ ਇਸ ਪਾਸੇ ਵਿਸਥਾਰ ਜ਼ਿਆਦਾ ਹੋਈ ਜਾਂਦਾ ਹੈ ਜੀਦੇ ਵਿੱਚ ਸਾਰੇ ਗੁਣ ਨੇ ਗੁਰੂ ਮਹਾਰਾਜ ਦੇ ਵਿੱਚ ਕਿੰਨੇ ਗੁਣ ਨੇ ਜਿਵੇਂ ਸ਼੍ਰੀ ਮਦ ਵਾਲਮੀਕ ਰਮਾਇਣ ਦੇ ਵਿੱਚ ਬੜਾ ਸੁੰਦਰ ਜ਼ਿਕਰ ਆਉਂਦਾ ਹੈ ਉਹ ਲਿਖਦੇ ਨੇ ਇਸ ਸੰਸਾਰ ਦੇ ਵਿੱਚ ਗੁਣਵਾਨ ਵਾਨਕਸ਼ਚ ਵੀਰੇਵਾਨ ਧਰਮਗਸ਼ਚ धर्मज्ञस्य कृतेस्य सत्यवाक्ो दृढव्रताः चरित्रेण चो युक्ता सर्वभूतेषु कोहिता विद्वान्का आकाशव्रथश्च कश्चैकप्रिय दर्शना आत्मवान् को जितक्रोधो ध्युतिमान् को अनुसयका कस्य विभति देवास्य जात्रस्य संजुगे दुनिया च केडा बंदा वा जेडा गुणवान भी होए ਤੇ ਵੀਰੇਵਾਨ ਵੀ ਹੋਵੇ ਮੈਨੇ ਚਿਹਰੇ ਤੇ ਉਹਦੇ ਤੇਜ ਪ੍ਰਤਾਪ ਵੀ ਹੋਵੇ ਸੂਰਜ ਵਰਗਾ ਕਿਉਂ ਵੀਰ ਜੀ ਦੇ ਨਾਲ ਤੇਜ ਪ੍ਰਤਾਪ ਵਾਧਦਾ ਹੈ ਧਰਮੀ ਵੀ ਹੋਵੇ ਕਰਤ ਕਰਤ ਕਣ ਨਾ ਹੋਵੇ ਸਤਵਾਦੀ ਹੋਵੇ ਦ੍ਰਿੜ ਵਰਤ ਹੋਵੇ ਦਿੱਤ ਨੇ ਆਪਣੀਆਂ ਮਰਿਆਦਾ ਦਾ ਪੱਕਾ ਹੋਵੇ ਅਨੇਕਾਂ ਤਰ੍ਹਾਂ ਦੇ ਕੌ ਚਰিত্রਾਂ ਵਾਲਾ ਹੋਵੇ ਪ੍ਰਾਣੀ ਮਾਤਰ ਦਾ ਹਤੈਸ਼ੀ ਹੋਵੇ ਫਿਰ ਵਿਦਵਾਨ ਵੀ ਹੋਵੇ ਸਮਰਾਥ ਵੀ ਹੋਵੇ ਅਤ ਸੋਹਣਾ ਹੋਵੇ ਜਿਵੇਂ ਕਲਗੀਧਰ ਮਹਾਰਾਜ ਅਤ ਸੋਹਣਾ ਹੋਵੇ ਧੀਰੇਵਾਨ ਹੋਵੇ ਕ્રોਧ ਨੂੰ ਜਿੱਤਣ ਵਾਲਾ ਹੋਵੇ ਤਜਸਵੀ ਹੋਵੇ ਈਰਖਾ ਤੋਂ ਸ਼ੁੱਣ ਹੋਵੇ ਇਨੇ ਗੁਣ ਕਿਸੇ ਬੰਦੇ 'ਚ ਹੈ ਇਹ ਵਾਲਮੀਕ ਜੀ ਨੇ ਸਵਾਲ ਕੀਤਾ ਨਾਰਦ ਮੁਣੀ ਇਨੇ ਗੁਣ ਕਿਸੇ 'ਚ ਹੈ ਤੇ ਦੱਸੋ ਕਹਿੰਦੇ ਉਹਨੂੰ ਸਿਰ ਝਕਾਵਾਂਗੇ ਤਾ ਕੇ ਉਹ ਨਾਰਦ muni ਹੱਸ ਪਿਆ ਕਹਿੰਦਾ ਛੱਡਿਆ ਕਿਹੜਾ ਸੀ ਉਹ ਕਹਿੰਦੇ ਵੀ ਇੰਨੇ ਗੁਣ ਜਿਹੜੇ ਨੇ ਉਹ ਕਿਸੇ ਬੰਦੇ 'ਚ ਨਹੀਂ ਹੁੰਦੇ ਉਹ ਸਿਰਫ ਈਸ਼ਵਰ 'ਚ ਹੁੰਦੇ ਨੇ ਇੰਨੇ ਗੁਣ ਕਿਹਦੇ 'ਚ ਨੇ ਈਸ਼ਵਰ 'ਚ ਆਪਾਂ ਪੜਦੇ ਆ ਨਾ ਤੇਰੇ ਕਮਨ ਕਮਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨ ਇੰਨੇ ਗੁਣ ਸਿਰਫ ਪ੍ਰਮਾਤਮਾ 'ਚ ਹੋ ਸਕਦੇ ਇਸ ਕਰਕੇ ਪ੍ਰਮਾਤਮਾ ਸਾਰਿਆਂ ਦਾ ਮਾਨनीय ਹੈ। ਬਾਕੀਆਂ 'ਚ ਨੇ ਇਹ ਗੁਣ ਪਰ ਥੋੜੇ-ਥੋੜੇ ਨੇ। ਸੰਪੂਰਨ ਗੁਣ ਕਿਹਦੇ 'ਚ ਨੇ ਉਹ ਈਸ਼ਵਰ ਦੇ ਵਿੱਚ ਨੇ। ਜਿਵੇਂ ਇਸਲਾਮ ਧਰਮ ਦੀਆਂ ਕਿਤਾਬਾਂ 'ਚ ਲਿਖਿਆ ਵੀ ਯੂਸਫ ਨਾਮੇ ਮਿਸਰ ਦਾ ਪਾਦਸ਼ਾਹ ਸਭ ਤੋਂ ਸੋਹਣਾ ਸੀ। ਉਹ ਸਹਿਜ ਸੁਭਾਅ ਜਦੋਂ ਤਿਆਰ ਹੋ ਕੇ ਆਪਣੇ ਮਹਿਲ ਚੋਂ ਦਰਬਾਰ ਨੂੰ ਜਾਂਦਾ ਤੇ ਉਹਦੀ ਸੁੰਦਰਤਾ ਦੇਖ ਕੇ ਸਭ ਜੀ ਭਾਜੀ ਕੱਟਦੀਆਂ ਦਾਸੀਆਂ ਨੌਕਰਾਂਆਂ ਮਟਿਆਰਾਂ ਆਪਣੀਆਂ ਉਂਗਲਾਂ ਵੱਡ ਬੈਂਦੀਆਂ ਐਡਾ ਸੋਹਣਾ ਚੇਤਾ ਭੁੱਲ ਜਾਂਦਾ ਉਂਗਲਾਂ ਹੀ ਵੱਡ ਬੈਂਦੀਆਂ ਯੂਸਫ ਦੀ ਸੁੰਦਰਤਾ ਉਹਨਾਂ ਦਾਸੀਆਂ ਨੂੰ ਚਕਤ ਕਰ ਦਿੰਦੀ ਤੇ ਕਮਾਲ ਦੀ ਗੱਲ ਆਪਣੀਆਂ ਉਂਗਲਾਂ ਅੰਗਲਾਂ ਵੱਡ ਕੇ ਵੀ ਉਹ ਦੁੱਖ ਨਾ ਚਿਤਾਰਦੀਆਂ ਹਿੰਨਾ ਚਿੱਤ ਉਹਦੇ ਵਿੱਚ ਖੁੱਭ ਜਾਂਦਾ ਇਹ ਤਾਂ ਇਸਲਾਮ ਧਰਮ ਦੀ ਗੱਲ ਹੈ ਜਦੋਂ ਖਾਲਸੇ ਪੰਥ ਦੀ ਤਵਾਰੀਖ ਪੜ੍ਹਦੇ ਆ ਤਾਂ ਕਹਿੰਦੇ ਸੋਚਣ ਤੇ ਤੁਸੀਂ ਮਜਬੂਰ ਹੋ ਜਾਓਗੇ ਵੀ ਯੂਸਫ ਦੀ ਸੁੰਦਰਤਾ ਦਾਸ਼ੀਆਂ ਦੇ ਹੱਥਾਂ ਤੇ ਚਾਕੂ ਫਰਾ ਦਿੰਦੀਆਂ ਸੀ ਪਰ ਕਲਗੀ ਧਰ ਦੀ ਕਿੱਡੀ ਸੁੰਦਰਤਾ ਹੋਵੇ ਕਿੰਨੇ ਸੋਹਣੇ ਹੋਣਗੇ ਵੀ ਜਿਨ੍ਹਾਂ ਦੀ ਖੂਬਸੂਰਤੀ ਨੂੰ ਦੇਖ ਕੇ ਭਾਈ ਮਨੀ ਸਿੰਘ ਬੰਦਮਦ ਕਟਾ ਗਿਆ ਤੇ ਸੀਨੀ ਮੁੱਖォਚਾਰੀ ਇਹ ਹੁਣ ਮੰਨਣ ਚਾ ਸਕਦੀ ਜੇ ਦੁਨਿਆਵੀ ਤੌਰ ਤੇ ਦੇਖੀ ਇਹਨਾਂ ਦੁੱਖ ਹੋਵੇ ਤੇ ਸੀਨਾ ਮੁਖ ਚੋਂ ਨਿਕਲੇ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਵਾ ਲਈ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖੀ ਪਇਸਤੇ 40 ਸਿੰਘ 10 ਲੱਖ ਨਾਲ ਲੜਦੇ ਬਿਆੰਤੀ ਚਰਖੜੀਆਂ ਤੇ ਚੜੇ ਨੇ ਤੇ ਅੱਜ ਤੱਕ ਸ਼ਹੀਦ ਹੋ ਰਹੇ ਨੇ ਹੁਣ ਵੀ ਸ਼ਹੀਦੀਆਂ ਪਾਰੇ ਤਾਂ ਕਲਗੀਧਰ ਸਰਬਗੁਣ ਸੰਪੰਨ ਈਸ਼ਵਰ ਦਾ ਸਰੂਪ ਮੰਨੇ ਜਾਂਦੇ ਆ ਇਸੇ ਕਰਕੇ ਮਹਾਰਾਜ ਜੀ ਕੀ ਕਹਿੰਦੇ ਨੇ ਕਬੀਰ ਸਤਗੁਰ ਸੂਰਮੇ ਬਾਹਾਂ ਬਾਂਜੋ ਏਕ ਲਗਤ ਹੀ ਪੁਏ ਗਿਰ ਪਰਾ ਪਰਾ ਕਲੇਜੇ ਛੇਕ ਜਾਂ ਆਬਾ ਅਭੰਗ ਐਸੀ ਸੁੰਦਰਤਾ ਜਿਹੜੀ ਭੰਗ ਹੀ ਨਹੀਂ ਹੋ ਸਕਦੀ ਤਾਂ ਸਰਬੰ ਮੰਨੇ ਸਾਰੇ ਉਹਨਾਂ ਨੂੰ ਕਿਉਂ ਮੰਨਦੇ ਨੇ ਕਿਉਂਕਿ ਉਹਨਾਂ ਵਿੱਚ ਉਹ ਗੁਣ ਨੇ ਜਿਹੜੇ ਸੰਸਾਰ ਵਿੱਚ ਕਿਸੇ ਵਿੱਚ ਵੀ ਨਹੀਂ ਥੋੜੇ ਥੋੜੇ ਨੇ ਕਿਸੇ 'ਚ ਸੁੰਦਰਤਾ ਪਰ ਇੰਨੀ ਥੋੜੀ ਹੈ ਕੋਈ ਵਿਦਵਾਨ ਹੋ ਸਕਦਾ ਪਰ ਏਡਾ ਥੋੜੀ ਹੈ ਕੋਈ ਸ਼ੂਰਮਾ ਹੈ ਪਰ ਕਲਗੀਧਰ ਜੱਟਾ ਥੋੜੀ ਹੈ ਕੋਈ ਬੁੱਧੀਮਾਨ ਹੋ ਸਕਦਾ ਪਰ ਕਲਗੀਧਰ ਜੱਟਾ ਨਹੀਂ ਕੋਈ ਤਪਸ਼ਵੀ ਹੋ ਸਕਦਾ ਵਾ ਪਰ ਏਡਾ ਵੀ ਨਹੀਂ ਆ ਵੀ ਦਵੈ ਤੇ ਇੱਕ ਰੂਪ ਹੋਏ ਗਏ ਉਹ ਇਹ ਵਿਦਕਰਤ ਤਪੱਸਿਆ ਪਏ ਤਾਂ ਇਸ ਕਰਕੇ ਉਹਨਾਂ ਨੂੰ ਸਾਰੇ ਮੰਨਦੇ ਆ ਜੀ ਜਾਂ ਇਹ ਤਾਂ ਹੋ ਗਿਆ ਸਰਬੰਗ ਮਾਨੇਦਾਰਤ ਇੱਕ ਰਹਿ ਗਿਆ ਸਰਬੰਗ ਭਾਨੇ ਪਹਿਲਾਂ ਵੈਸੇ ਤੋਂ ਕਹੋਂਦੀ ਸਰਬੰਗ ਭਾਨੇ ਜਿਹੜਾ ਸਾਰਿਆਂ ਨੂੰ ਭਾਨੇ ਨਾਮ ਪ੍ਰਕਾਸ਼ ਰਿਹਾ ਜਿਵੇਂ ਸੂਰਜ ਚੜਦਾ ਤੇ ਵਸਤੂ ਦਾ ਗਿਆਨ ਹੁੰਦਾ ਇਦਾਂ ਸਾਡੇ ਅੰਦਰ ਬੈਠਾ ਕਿਹੜਾ ਗਿਆਨ ਕਰਾਉਂਦਾ ਪਿਆ ਵਾ ਦੁੱਖ ਦਾ ਸੁੱਖ ਦਾ ਖੁਸ਼ੀ ਦਾ ਗਮੀ ਦਾ ਜਾਂ ਵਿਚਾਰਾਂ ਦਾ ਸਭ ਤੋਂ ਵੱਡਾ ਧੋਖਾ ਕੀ ਆ ਵਿਚਾਰਾਂ ਦਾ ਆਪਾਂ ਕੀ ਸਮਝਦੇ ਹਾਂ ਵੀ ਜਿਹੜੇ ਚੰਗੇ ਬੰਦੇ ਹੁੰਦੇ ਉਹਨਾਂ ਨੂੰ ਮਾੜੇ ਵਿਚਾਰ ਨਹੀਂ ਆਉਂਦੇ ਵਿਚਾਰ ਮਾੜੇ ਚੰਗੇ ਸਾਰਿਆਂ ਨੂੰ ਹੀ ਆਉਂਦੇ ਜਿਵੇਂ ਸਰਾਂ ਦੇ ਵਿੱਚ ਇੱਕ ਸੱਜਣ ਆਉਂਦਾ ਤੇ ਦੂਜਾ ਚਲੇ ਜਾਂਦਾ ਦੂਜਾ ਚਲੇ ਗਿਆ ਤੇ ਤੀਜਾ ਆ ਗਿਆ ਇਦਾਂ ਜਿਹਦੇ ਸਾਹਮਣੇ ਵਿਚਾਰ ਆਉਂਦੇ ਪਏ ਆ ਮਾੜੇ ਤੇ ਚੰਗੇ ਉਹ ਕੌਣ ਆ ਦ੍ਰਿਸ਼ਟਾ ਸਾਖੀ ਵੀ ਹੁਣ ਮੈਨੂੰ ਆ ਵਿਚਾਰ ਆਇਆ ਹੁਣ ਮੈਨੂੰ ਆ ਵਿਚਾਰ ਆਇਆ ਇਹਨਾਂ ਵਿਚਾਰਾਂ ਨੂੰ ਫੜਨਾ ਨਹੀਂ ਚਾਹੀਦਾ ਇਹਨਾਂ ਨੂੰ ਸਿਰਫ ਦੇਖਣ ਵਾਲੇ ਬਣ ਕੇ ਰਹਿਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਤੁਸੀਂ ਦੇਖੋ ਜਿਹੜੇ ਚੰਗੇ ਬੰਦੇ ਆ ਉਹ ਕੀ ਕਰਦੇ ਆ ਚੰਗੇ ਬੰਦਿਆਂ ਨੂੰ ਸੁਪਣਾ ਚੰਗਾ ਨਹੀਂ ਆਊਗਾ ਕਿਉਂ ਉਹ ਆਪਣੇ ਮਾੜੇ ਵਿਚਾਰਾਂ ਨੂੰ ਦੱਬ ਕੇ ਰੱਖਦੇ ਆ ਤੇ ਮਾੜੇ ਵਿਚਾਰਾਂ ਨੂੰ ਉਹ ਸੁਪਨੇ 'ਚ ਭੋਗਦੇ ਆ ਐਨਾ ਫਰਕ ਹੁੰਦਾ ਹੈ ਅਜਾ ਮਾੜੇ ਬੰਦਿਆਂ ਨੂੰ ਸੁਪਣਾ ਮਾੜਾ ਨਹੀਂ ਆਊਗਾ ਕਿਉਂ ਮਾੜੇ ਬੰਦੇ ਸ਼ਰਿਆਮ ਹੀ ਮਾੜੇ ਆ ਮਾੜੇ ਬੰਦੇ ਸ਼ਰਿਆਮ ਹੀ ਮਾੜੇ ਉਹਨਾਂ ਨੂੰ ਸੁਪਣਾ ਬਹੁਤ ਚੰਗਾ ਆਊਗਾ ਕਿਉਂ ਉਹਨਾਂ ਦੇ ਮਾੜੇ ਵਿਚਾਰ ਜਿਹੜੇ ਉਹ ਸ਼ਰਿਆਮ ਮਾੜੇ ਭੋਗ ਰਹੇ ਪਰ ਸਾਧੂ ਕੌਣ ਨੇ ਇਹ ਤੇ ਹੋ ਗਏ ਨਾ ਚੰਗੇ ਮਾੜੇ ਵੀ ਕਿਸੇ ਨੇ ਚੰਗੇ ਫੜ ਲਏ ਕਿਸੇ ਨੇ ਮਾੜੇ ਫੜ ਲਏ ਸਾਧੂ ਕੌਣ ਆ ਨਾ ਵਿਚਾਰ ਤੇ ਆਈ ਜਾਣੇ ਮਨ ਚ ਮੁੜ ਮੁੜ ਕੇ ਇਹ ਤਾਂ ਚੱਲਦਾ ਰਹਿਣਾ ਕੰਮ ਉਹ ਨਾ ਮਾੜੇ ਫੜਦੇ ਨੇ ਨਾ ਚੰਗੇ ਫੜਦੇ ਨੇ ਉਹ ਦ੍ਰਿਸ਼ਟਾ ਹੋ ਜਾਂਦੇ ਸਾਖੀ ਹੋ ਜਾਂਦੇ ਦੇਖਣ ਵਾਲੇ ਜਿਵੇਂ ਦੇਖਣ ਵਾਲਾ ਵਸਤੂ ਤੋਂ ਵੱਖ ਹੁੰਦਾ ਵਾ ਘੜੇ ਨੂੰ ਦੇਖਣ ਵਾਲਾ ਘੜੇ ਤੋਂ ਵੱਖ ਹੈ ਟੀਵੀ ਨੂੰ ਦੇਖਣ ਵਾਲਾ ਟੀਵੀ ਤੋਂ ਵੱਖ ਹੈ ਸਿਨਰੀ ਨੂੰ ਦੇਖਣ ਵਾਲਾ ਸਿਨਰੀ ਤੋਂ ਵੱਖ ਹੈ ਮੋਬਾਈਲ ਨੂੰ ਦੇਖਣ ਵਾਲਾ ਮੋਬਾਈਲ ਤੋਂ ਵੱਖ ਹੈ ਉਦਾਂ ਉਹ ਮਾੜੇ ਚੰਗੇ ਕੋਈ ਵਿਚਾਰ ਵੀ ਨਹੀਂ ਗ੍ਰਹਿਣ ਕਰਦੇ ਉਹ ਵੱਖ ਹੋ ਜਾਂਦੇ ਆ ਤਾਂ ਉਹ ਜਿਹੜਾ ਸਾਡੇ ਅੰਦਰ ਹੈ ਨਾ ਗਿਆਨ ਕਰਾ ਰਿਆ ਬਾਬੇ ਹੁਣ ਮੈਂ ਸੁੱਖ ਮਹਿਸੂਸ ਕਰ ਰਿਹਾ ਹੁਣ ਮੈਂ ਦੁੱਖ ਮਹਿਸੂਸ ਕਰ ਰਿਹਾ ਉਹਨੂੰ ਕੀ ਕਹਿੰਦੇ ਭਾਨੇ ਪ੍ਰਕਾਸ਼ਨ ਵਾਲਾ ਸਾਰਿਆਂ ਦੇ ਅੰਦਰ ਬੈਠਾ ਉਹ ਕੌਣਾ ਵਾਹਿਗੁਰੂ ਪਰਮੇਸ਼ਰ ਜੀ ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ ਸਰਬੰਗ ਪ੍ਰਾਨੰ ਸਰਬੰਗ ਪ੍ਰਾਨੰ ਜਿਹੜਾ ਸਾਰਿਆਂ ਦਾ ਪ੍ਰਾਣ ਸਰੂਪ ਹੈ ਪ੍ਰਾਣ ਕੀ ਨੇ ਸੁਵਾਸ ਸੁਵਾਸਾਂ ਉੱਤੇ ਸਾਰੀ ਖੇਡ ਖੜੀ ਹੈ ਜਦੋਂ ਡਾਕਟਰ ਆਉਂਦਾ ਵਾ ਬੰਦੇ ਦੀ ਮੌਤ ਚੈੱਕ ਕਰਦਾ ਵੀ ਇਹ ਬੰਦਾ ਮਰ ਚੁੱਕਾ ਕਿ ਨਹੀਂ ਉਹ ਨਵਜੀ ਦੇਖਦਾ ਨਾ ਤਾਂ ਪ੍ਰਾਣ ਕੀ ਆ ਜੀਵਨ ਦਾ ਰੂਪ ਨੇ ਪ੍ਰਾਣ ਚੱਲਦੇ ਨੇ ਤੇ ਜ਼ਿੰਦਗੀ ਹੈ ਨਹੀਂ ਤੇ ਡਾਕਟਰਾਂ ਦੁਆਰਾ ਦੁਨਿਆਵੀ ਵੈਦਾਂ ਦੁਆਰਾ ਮਰਿਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਕਿ ਇਹ ਸੱਜਣ ਮਰ ਚੁੱਕਾ ਹੈ ਤਾਂ ਵਾਹਿਗੁਰੂ ਕੀ ਆ ਪ੍ਰਾਣ ਸਰੂਪ ਸਵਾਸ ਸਰੂਪ ਜਿਹਦੇ ਦਿੱਤੇ ਹੋਏ ਸਵਾਸ ਨੇ ਸਵਾਸਾਂ ਦੇ ਵਿੱਚ ਜਿਹੜੀ ਤਾਕਤ ਉਹ ਵਾਹਿਗੁਰੂ ਦੀ ਇਸ ਕਰਕੇ ਸਾਰਿਆਂ ਦਾ ਪ੍ਰਾਣ ਸਰੂਪ ਕੀ ਹੈ ਵਾਹਿਗੁਰੂ ਪਰਮੇਸ਼ਰ ਜਿੰਦ ਜਾਨ ਹੈ ਤਾਂ ਫਰਮਾਉਂਦੇ ਹਨ ਕਲਗੀਧਰ ਸੱਚੇ ਪਾਤਸ਼ਾਹ ਸਰਬੰਤਰਾਣੰ ਔਰ ਤ੍ਰਾਣ ਕਹਿੰਦੇ ਰੱਖਿਆ ਲੋ ਵੈਸੇ ਤ੍ਰਾਣ ਅਰਥ ਹੁੰਦਾ ਸੰਜੋਗ ਅੱਜ ਕੱਲ ਬੁਲਟ ਪ੍ਰੂਫ ਜੈਕਟਾਂ ਆ ਗਈਆਂ ਹੋਰ ਵੀ ਬੜੀ ਤਰੱਕੀ ਹੋ ਰਹੀ ਹੈ ਉਹਨਾਂ ਨੂੰ ਹਲਕੀਆਂ ਜਿਦਾਂ ਆਪਾਂ ਕੱਪੜੇ ਪਾਏ ਨੇ ਇਦਾਂ ਹਲਕੀਆਂ ਬਣਦੀਆਂ ਪਈਆਂ ਜਿਦਾਂ ਤੁਸੀਂ ਕੁੜਤਾ ਹੀ ਪਾਓ ਇਦਾਂ ਹੀ ਉਹ ਕੱਪੜਾ ਬਣਾਉਂਦੇ ਪਏ ਨੇ ਵੀ ਇੰਨਾ ਹਲਕਾ ਹੋ ਜੇ ਜਦ ਸੁਪਰ ਕੌਪ ਬਣ ਰਹੇ ਨੇ ਜਿੱਦਾਂ ਦੇ ਤੁਸੀਂ ਫਿਲਮਾਂ ਚ ਦੇਖੇ ਹੋਣਗੇ ਵੀ ਉਹਨਾਂ ਦੇ ਗੋਲੀਆਂ ਦਾ ਅਸਰ ਨਹੀਂ ਹੁੰਦਾ ਇਹ ਨਹੀਂ ਹਰ ਦੇਸ਼ ਲੱਗਾ ਆਪਦੀ ਫੌਜ ਨੂੰ ਤਗੜਾ ਕਰ ਤੰਤਰਾਨ ਕਹਿੰਦੇ ਸੰਜੋਗ ਸੰਜੋਗ ਹੀ ਕਰਦੀ ਸੀ ਰੱਖਿਆ ਤਲਵਾਰ ਦੇ ਵਾਰ ਤੋਂ ਤੀਰ ਦੇ ਵਾਰ ਤੋਂ ਰੱਖਿਆ ਕਰਦੀ ਆ ਸਰੀਰ ਨੂੰ ਬਚਾਉਂਦੀ ਹੈ ਤਾਂ ਵਾਹਿਗੁਰੂ ਜੀ ਦਾ ਨਾਮ ਕੀ ਆ ਰੱਖਿਆ ਕਰਨ ਵਾਲਾ ਜਿਵੇਂ ਆਪਾਂ ਪੜਦੇ ਤਾਤੀ ਵਾਵਨਾ ਲੱਗਈ ਪਾਰ ਬ੍ਰਹਮ ਸਰਣਾਈ ਪਰਮਾਤਮਾ ਦੁੱਖਾਂ ਸੁੱਖਾਂ ਤੋਂ ਰੱਖਿਆ ਕਰਦਾ ਹੈ ਜਿਹੜੇ ਉਹਦਾ ਸਿਮਰਨ ਕਰਦੇ ਨੇ ਜਿਹੜੇ ਉਹਦੀ ਭਗਤੀ ਕਰਦੇ ਨੇ ਜਿਹੜੇ ਉਹਨੂੰ ਜਪਦੇ ਆਪਾਂ ਪੜ੍ਹਦੇ ਹਾਂ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਵੇਸ਼ੁਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ਵਰ ਗੁਰੂ ਦਾ ਸ਼ਬਦ ਸਾਨੂੰ ਕਾਮ ਕ੍ਰੋਧ ਵਿਕਾਰਾਂ ਤੋਂ ਆਧੀਆਂ ਬਿਯਾਧੀਆਂ ਦੁੱਖਾਂ ਤੋਂ ਸਾਡੀ ਵਿਗਨਾ ਤੋਂ ਰੱਖਿਆ ਕਰਦਾ ਹੈ ਗੁਰ ਕਾ ਸ਼ਬਦ ਰਖvare ਚੌਕੀ ਚੌਂ ਗਿਰਦ ਹਮਾਰੇ ਕਲਗੀਧਰ ਜੀ ਕਹਿੰਦੇ ਨੇ ਉਸ ਵਾਹਿਗੁਰੂ ਉੱਤੇ ਯਕੀਨ ਰੱਖ ਜਿਨੇ ਮਾਂ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਕੀਤੀ ਸੀ ਜਿਨੇ ਮਾਂ ਦੇ ਗਰਭ ਵਿੱਚ ਜਿੱਥੇ ਬਾਹਰੋਂ ਕੋਈ ਸਹਾਇਤਾ ਨਹੀਂ ਪਹੁੰਚ ਸਕਦੀ ਸਿਰਫ ਤੂੰ ਰੱਬ ਦੇ ਆਸਰੇ ਤੇ ਸੀ ਉਥੋਂ ਬਾਹਰੋਂ ਕਿਸੇ ਦਾ ਹੱਥ ਨਹੀਂ ਪੈਣਾ जिन्ने ਉਸ ਗਰਭ ਦੇ ਵਿੱਚ ਰੱਖਿਆ ਕੀਤੀ ਉਹੀ ਤੇਰੀ ਰੱਖਿਆ ਇਸ ਸੰਸਾਰ ਦੇ ਵਿੱਚ ਵੀ ਕਰੇਗਾ ਸਤਿਗੁਰੂ ਜੀ ਕੀ ਫਰਮਾਉਂਦੇ ਨੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦਿਆ ਕਰ ਪਾਪ ਸ਼ਬੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕੈ ਤੋ ਸੁ ਸੁ ਪੇਟ ਹੀ ਕੇ ਪਟ ਬੀਚ ਬਚਾਵੇ ਗੁਰਮਤ ਦਾ ਥੋੜਾ ਜਿਹਾ ਫਰਕ ਹੈ ਜਿਹੜੇ ਪੁਰਾਣਾ ਧਰਮਾ ਨਾਲ ਇਸ ਦੇਸ਼ ਦਾ ਉਹ ਜਿਹੜੀ ਵੀ ਚੀਜ਼ ਕੱਟਦਾ ਨਾ ਉਹ ਅੱਗ ਚੋਂ ਕੱਟਦਾ ਜਿਵੇਂ ਤੁਸੀਂ ਕਥਾ ਸੁਣੀ ਹੋਵੇਗੀ ਜਾਂ ਗ੍ਰੰਥ ਪੜ੍ਹੇ ਹੋਣਗੇ ਇਸ ਦੇਸ਼ ਦੇ ਹਵਨ ਕੀਤਾ ਤੇ ਉਹਦੇ ਵਿੱਚੋਂ ਤਰਸ਼ੂਲ ਨਿਕਲਿਆ ਉਦਾਂ ਹੀ ਫਿਰ ਨਾਟਕਾਂ 'ਚ ਉਹ ਵਿਖਾਉਂਦੇ ਆ ਹਵਨ ਕੀਤਾ ਤੇ ਉਹਦੇ ਵਿੱਚੋਂ ਫਿਰ ਖੰਡਾ ਜਾਂ ਖੰਡਾ ਤੇ ਕਲਗੀ ਧਰਜੀ ਨੇ ਲਿਖਿਆ ਤੇਗ ਨਿਕਲੀ ਹਵਨ ਕੀਤਾ ਤੇ ਉਹਦੇ ਵਿੱਚੋਂ ਇੱਕ ਪੁੱਤਰ ਨਿਕਲਿਆ ਅੱਗ ਦੇ ਵਿੱਚ ਹਵਨ ਕੀਤਾ ਤੇ ਉਹਦੇ ਵਿੱਚ ਇੱਕ ਲੜਕੀ ਨਿਕਲੀ ਸ਼ਾਇਦ ਦਰੂਪ ਦੀ ਹਵਨ ਕੀਤਾ ਤੇ ਆ ਨਿਕਲਿਆ ਹਵਨ ਕੀਤਾ ਤੇ ਆ ਨਿਕਲਿਆ ਉਹ ਅੱਗ ਨੂੰ ਦੇਵਤਾ ਮੰਨਦੇ ਅੱਗ ਨੂੰ ਈਸ਼ਵਰ ਮੰਨਦੇ ਕਿਉਂ ਸੂਰਜ ਚੜਦਾ ਹੈ ਸੂਰਜ ਉੱਤੇ ਸੰਸਾਰ ਖੜਾ ਹੈ ਗੁਰਮਤ ਦਾ ਥੋੜਾ ਜਿਹਾ ਫਰਕ ਹੈ ਗੁਰਮਤ ਨੇ ਨਮੋ ਸੂਰਜ ਸੂਰਜ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ ਅੱਗ ਨੂੰ ਵੀ ਜਿੰਨੇ ਤਾਕ ਦਿੱਤੀ ਅੱਗ 'ਚ ਵੀ ਜਿਹੜਾ ਬੈਠਾ ਵਾ ਹਵਾ 'ਚ ਵੀ ਜਿਹੜਾ ਬੈਠਾ ਵਾ ਧਰਤੀ 'ਚ ਵੀ ਜਿਹੜਾ ਬੈਠਾ ਹੈ ਨਹੀਂ ਤੇ ਫਿਰ ਸ਼ੰਕਾ ਹੋ ਸਕਦੀ ਨਾ ਵੀ ਸਾਰਾ ਕੁਝ ਅੱਗ 'ਚੋਂ ਨਿਕਲਿਆ ਇਹ ਟੈਂਕ ਕਿੱਥੋਂ ਡਿੱਗ ਪਿਆ ਟੈਂਕ ਕਿਉਂ ਨਹੀਂ ਹੋਣਾ ਵਾਂਜੋ ਨਿਕਲਦਾ ਅਸੀਂ ਸਾਰਾ ਕੁਝ ਅੱਗ 'ਚੋਂ ਕੱਢੀ ਜਾਂਦੇ ਪਰਮਾਣੂ ਕਿੱਥੋਂ ਨਿਕਲਾ ਹੈ ਅਗਲੇਆਂ ਪਰਮਾਣੂ ਬਣਾ ਕੇ ਸਾਰੀ ਦੁਨੀਆ ਥੱਲੇ ਲਾ ਛੱਡੀ ਇਹ ਕਿਉਂ ਨਹੀਂ ਨਿਕਲੇ ਆ ਏਕੇ ਸੰਤਾਲੀਆਂ ਇਹ ਕਿਉਂ ਨਹੀਂ ਅੱਗ ਚੋਂ ਨਿਕਲਦੀਆਂ ਪਈਆਂ ਇਹਦਾ ਮਤਲਬ ਕੀ ਇਹਦਾ ਮਤਲਬ ਕੀ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ ਵਾਹਿਗੁਰੂ ਸਾਰੀ ਕਿਰਪਾ ਕਰਨ ਵਾਲਾ ਜੇ ਦਿਮਾਗ ਦਿੱਤਾ ਤਾਂ ਤਾਂ ਵੀ ਉਹਦਾ ਹੈ ਜੇ ਬੁੱਧੀ ਦਿੱਤੀ ਤਾਂ ਤਾਂ ਵੀ ਉਹਦੀ ਹੈ ਜੇ ਸਿਆਣਪ ਦਿੱਤੀ ਤਾਂ ਵੀ ਉਹਦੀ ਮਾਇਆ ਦਿੱਤੀ ਤਾਂ ਵੀ ਉਹਦੀ ਇਹਦਾ ਮਤਲਬ ਇਹ ਹੁੰਦਾ ਹੈ ਇਹ ਗੁਰਮਤ ਦਾ ਮਾਰਗ ਹੈ ਕਿ ਸਾਰੀ ਕਿਰਪਾ ਵਾਹਿਗੁਰੂ ਕਰਨ ਵਾਲਾ ਰੱਖਿਆ ਕਰਨ ਵਾਲਾ ਵੀ ਉਹ ਹੈ ਬਚਾਉਣ ਵਾਲਾ ਵੀ ਉਹ ਹੈ ਤਾਂ ਕਲਗੀਧਰ ਜੀ ਕੀ ਕਹਿੰਦੇ ਨੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤੈ ਆਪਣੋ ਕਰਦਾ ਕਿਰਪਾਬ ਸੂਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੈ ਮਾਤ ਗਰਭ ਮਹਿ ਆਪਨ ਸਿਮਰਨ ਦੇ ਮਾਂ ਦੇ ਗਰਭ ਤੇ ਵਿੱਚ ਕਿੰਨੇ ਤੇਰੀ ਰੱਖਿਆ ਕੀਤੀ ਆ ਉਹ ਰੱਖਿਆ ਕਰਨ ਵਾਲਾ ਪਰਮੇਸ਼ਰ ਕੀ ਆ ਸੰਜੋਗ ਹੈ ਵਾਹਿਗੁਰੂ ਸੰਜੋਗ ਹੈ ਜਿਹੜਾ ਰੱਖਿਆ ਕਰਦਾ ਹੈ ਤਾਂ ਉਹਨੂੰ ਤ੍ਰਾਣ ਕਹਿੰਦੇ ਨੇ ਜਾਂ ਤ੍ਰਾਣ ਕਹਿੰਦੇ ਬਲ ਨੂੰ ਜਿਹੜਾ ਬਲ ਦੇਣ ਵਾਲਾ ਤਾਕਤ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ ਸਾਡੇ ਉੱਪਰ ਸਰਬੰ ਭਗਤਾ ਔਰ ਸਾਰੇ ਹਿਰਦਿਆਂ ਵਿੱਚ ਬੈਠਾ ਸਰੀਰਾਂ ਵਿੱਚ ਬੈਠਾ ਜਿਹੜਾ ਪੋਗਿਆ ਹੈ ਭੋਗ ਰਿਹਾ ਹੈ ਸਾਰੇ ਭੋਗਾਂ ਨੂੰ ਉਹੀ ਭੋਗਦਾ ਪਿਆ ਉਹਦੀ ਜੋਤ ਜਦੋਂ ਵਿੱਚੋਂ ਨਿਕਲ ਜਾਂਦੀ ਹੈ ਅੱਖਾਂ ਵੀ ਇੱਥੇ ਨੇ ਹੱਥ ਵੀ ਇੱਥੇ ਆ ਪੈਰ ਵੀ ਇੱਥੇ ਆ ਸਾਰਾ ਸਰੀਰ ਇੱਥੇ ਪਿਆ ਰਹਿਦਾ ਨਾ ਬੋਲਦਾ ਨਾ ਚੱਲਦਾ ਨਾ ਸੁਣਦਾ ਨਾ ਖਾਂਦਾ ਨਾ ਪੀਂਦਾ ਤਾਂ ਸਾਰਿਆਂ ਚ ਉਹਦੀ ਜੋਤ ਬੈਠੀ ਹੀ ਭੋਗ ਰਹੀ ਹੈ ਸਰਬੰਗ ਜੁਗਤਾ ਔਰ ਜਿਹੜਾ ਵਾਹਿਗੁਰੂ ਪਰਮੇਸ਼ਰ ਹਰ ਇੱਕ ਦੇ ਨਾਲ ਜੁੜਿਆ ਹੋਇਆ ਹੈ ਹਰ ਥਾਂ ਤੇ ਬੈਠਾ ਹੋਇਆ ਹੈ ਐਸਾ ਵਾਹਿਗੁਰੂ ਪਰਮੇਸ਼ਰ ਸਰਬੰ ਦੇਵੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਾਰਿਆਂ ਤੇ ਕਿਰਪਾ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸਭ ਤੇ ਬਖਸ਼ਿਸ਼ ਕਰਨ ਵਾਲਾ ਦਾਤਾਂ ਦੇਣ ਵਾਲਾ ਸਰਬੰ ਭੇਵੰ ਔਰ ਸਰਬੰ ਭੇਵੰ ਸਾਰੇ ਜੀਵਾਂ ਅੰਦਰ ਬੈਠਾ ਹੋਇਆ ਉਹ ਵਾਹਿਗੁਰੂ ਪਰਮੇਸ਼ਰ ਭੇਵੰਗ ਭੇਤ ਜਾਣਣ ਵਾਲਾ ਹਰ ਅੰਦਰ ਬਾਹਰ ਇੱਕ ਤੂ ਸਾਰਿਆਂ ਦੇ ਦਿਲਾਂ ਦੇ ਭੇਤ ਵੀ ਉਹ ਜਾਣਣ ਵਾਲਾ ਹੈ ਜਾਂ ਭੇਦ ਰੱਖਣ ਵਾਲਾ ਕਿਉਂ ਭੇਦ ਰੱਖਣ ਵਾਲਾ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇ ਭੇਦ ਤੋਂ ਬਿਨਾ ਫਰਕ ਨਹੀਂ ਪਤਾ ਲੱਗਦਾ ਹੈ ਤਾਂ ਜਿੰਨੇ ਇਹ ਸੰਸਾਰ ਰੂਪੀ ਫੁਲਵਾੜੀ ਸੋਹਣੀ ਲੱਗਦੀ ਹੈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਇਹ ਭੇਤ ਉਹਨੇ ਫਰਕ ਰੱਖਣ ਵਾਸਤੇ ਰੱਖੇ ਹੋਏ ਤਾਂ ਸਾਰਿਆਂ ਚ ਭੇਤ ਜੀਵਾਂ ਦੀ ਪਛਾਣ ਵਾਸਤੇ ਜਿੰਨੇ ਸਾਰਿਆਂ ਚ ਗੁਫਤਾਰ ਦਾ ਭੇਤ ਰੱਖਿਆ ਹੋਇਆ ਰਫਤਾਰ ਦਾ ਭੇਤ ਰੱਖਿਆ ਹੋਇਆ ਤਾਂ ਐਸੇ ਭੇਤ ਨੂੰ ਰੱਖਣ ਵਾਲਾ ਐਸਾ ਵਾਹਿਗੁਰੂ ਪਰਮੇਸ਼ਰ ਜੀ ਸਰਬੰ ਕਾਲੇ ਤੇ ਜਿਹੜਾ ਸਾਰੇ ਕਾਲਾਂ ਚ ਸਮੇਂ ਵਿੱਚ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਵੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਬੰਦਾ ਹੀ ਆ ਜਿਹਦੀ ਡੇਟ ਲਿਖੀ ਜਾਂਦੀ ਵੀ ਫਲਾਨੀ ਨੂੰ ਪੈਦਾ ਹੋਇਆ ਤੇ ਅਖੀਰ ਜਦੋਂ ਭੋਗ ਪੈਂਦਾ ਫੋਟੋ ਦੇ ਉੱਤੇ ਲਿਖ ਕੇ ਐਕਸ ਪਾਇਆ ਹੁੰਦਾ ਨਾ ਐਕਸ ਮੈਨ ਐਕਸਪਾਇਰ ਐਨੀ ਤਰੀਕ ਨੂੰ ਮਰ ਗਿਆ ਇਹ ਬੰਦਾ ਹੀ ਆ ਉਹਦਾ ਨਾਂ ਜਨਮ ਦਾ ਸਮਾਂ ਤੇ ਨਾਂ ਮਰਨ ਦਾ ਸਮਾਂ ਤਿੰਨ ਕਾਲ ਮੰਨੇ ਨੇ ਤਿੰਨਾਂ ਕਾਲਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਹੈ ਉਹ ਸਾਰੇ ਸਮਿਆਂ ਵਿੱਚ ਵਿਆਪਕ ਰਹਿੰਦਾ ਹੈ ਸਮੇ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਆਪਾਂ ਪੜ੍ਹਦੇ ਵੀ ਆਂ ਮੂਲ ਮੰਤਰ ਦੇ ਵਿੱਚ ਅਕਾਲ ਮੂਰਤ ਜਿਹਦੇ ਉੱਤੇ ਸਮੇ ਦਾ ਉਹ ਹਸਤੀ ਜਿਹਦੇ ਉੱਤੇ ਸਮੇ ਦਾ ਕੋਈ ਅਸਰ ਨਹੀਂ ਪੈਂਦਾ ਏ ਇਦਾਂ ਜਿਹੜਾ ਸਾਰੇ ਹੀ ਕਾਲਾਂ ਦੇ ਵਿੱਚ ਬੈਠਾ ਹੋਇਆ ਹੈ ਸਰਬੰ ਪਾਲੇ ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਇੱਕ ਬੜੀ ਸੁੰਦਰ ਘਟਨਾ ਹੈ ਦਮਦਮਈ ਟਕਸਾਲ ਦੇ ਵਿੱਚ ਬੜੇ ਵਿਦਿਆਰਥੀ ਪੜ੍ਹਦੇ ਕੱਲੇ ਪੰਜਾਬ ਤੋਂ ਨਹੀਂ ਬਿਹਾਰ ਤੋਂ ਹੋਰ ਰਾਜਾਂ ਤੋਂ ਟਾਟਾ ਤੋਂ ਪੰਜਾਬ ਤੋਂ ਬਾਹਰ ਜਿੰਨੇ ਸੂਬੇ ਨੇ ਉਥੇ ਵੀ ਜਿੱਥੇ-ਜਿੱਥੇ ਸਿੱਖੀ ਦਾ ਪ੍ਰਚਾਰ ਹੈ ਉਥੋਂ-ਉਥੋਂ ਆਣ ਕੇ ਪੜਦੇ ਤੇ ਸਿੱਖਾਂ ਨੂੰ ਇਸ ਪ੍ਰਚਾਰ ਵੱਲ ਬੜਾ ਧਿਆਨ ਦੇਣਾ ਚਾਹੀਦਾ ਹੈ ਤੇ ਜ਼ਰੂਰੀ ਵੀ ਤੁਸੀਂ ਦੇਖੋ ਨਾ ਇੱਕ ਗੱਲ ਦਾ ਰੋਸ ਸਿੱਖਾਂ ਨੂੰ ਸਿੱਖਾਂ ਦੀਆਂ ਧਾਰਮਿਕ ਸੰਸਥਾ ਤੇ ਬਣਿਆ ਰਹੇਗਾ ਈਸਾਈ ਆਏ ਹਿੰਦੁਸਤਾਨ ਚ ਚਲੇ ਗਏ ਪਰ ਈਸਾਈ ਛੱਡ ਗਏ ਆਪਦਾ ਧਰਮ ਬਣਾ ਕੇ ਕਿ ਨਹੀਂ ਮੁਸਲਮਾਨ ਆਏ 1000 ਸਾਲ ਤੱਕ ਤਕਰੀਬਨ ਕਬਜ਼ਾ ਰੱਖਿਆ ਕਬਜ਼ਾ ਛੁੱਟ ਗਿਆ ਪਰ ਮੁਸਲਮਾਨ ਕੌਮ ਅੱਜ ਕਿੰਨੀ ਗਿਣਤੀ ਚ ਹਿੰਦੁਸਤਾਨ ਚ ਬੈਠੀ ਹੈ ਭਾਵੇਂ ਕਿ ਇੱਕ ਪਾਕਿਸਤਾਨ ਅੱਡ ਬਣ ਗਿਆ ਅਜੇ ਵੀ ਉਹਨਾਂ ਦਾ ਆਪਣਾ ਧਰਮ ਹੈ ਬੰਦੇ ਮਾੜੇ ਹੋ ਸਕਦੇ ਧਰਮ ਮਾੜਾ ਨਹੀਂ ਹੁੰਦਾ ਬੰਦੇ ਮਾੜੇ ਚੰਗੇ ਹਰੇਕ ਧਰਮ ਚ ਹੁੰਦੇ ਇਸੇ ਤਰ੍ਹਾਂ ਈਸਾਈ ਆਏ ਹਿੰਦੁਸਤਾਨ ਚ ਚਲੇ ਗਏ ਈਸਾਈ ਛੱਡ ਗਏ ਮੁਸਲਮਾਨ ਆਏ ਕਬਜ਼ਾ ਕੀਤਾ ਮੁਸਲਮਾਨ ਛੱਡ ਕੇ ਚਲੇ ਗਏ ਇੱਕ ਸਿੱਖ ਇਦਾਂ ਦੇ ਆ ਪੰਜਾਬ ਚ ਜੰਮੇ ਪੰਜਾਬ 'ਚ ਹੀ ਬਣੇ ਤੇ ਪੰਜਾਬ ਛੱਡ ਕੇ ਅੱਜ ਜਾ ਰਹੇ ਨੇ ਤੇ ਇੱਥੇ ਸਿੱਖ ਕਿਹੜੇ ਛੱਡੇ ਨੇ ਨਾ ਬਹੁਤੇ ਸਿੱਖ ਤੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਤੇ ਜਿਹੋ ਜਿਹੇ ਹਾਲਾਤ ਨੇ ਜਿਹੋ ਜਿਹੇ ਸਰਕਾਰ ਦੀਆਂ ਪਾਲਿਸੀਆਂ ਨੇ ਇਹ ਕਰਨਵੇਂ ਗਏ ਵੀ ਕੀ ਇੱਕ ਇੱਕ ਭਰਾ ਇਹਨਾਂ ਦਾ ਵਿਦੇਸ਼ 'ਚ ਬੈਠਾ ਜਿਸ ਕਰਕੇ ਇਹਨਾਂ ਦਾ ਕੰਮ ਚੱਲਦਾ ਪਿਆ ਇੱਕ ਗੱਲ ਦਾ ਰੋਸ ਸਿੱਖਾਂ ਉੱਤੇ ਰਹੇਗਾ ਕੀ ਇਹ ਆਪਣਾ ਧਰਮ ਵਧਾਉਣ ਦੇ ਵਿੱਚ ਉਹਨੇ ਕਾਮਯਾਬ ਨਹੀਂ ਹੋ ਸਕੇ ਜਿੰਨੇ ਦੂਸਰੇ ਧਰਮ ਕਾਮਯਾਬ ਤੇ ਇਹ ਕੋਈ ਮੰਨੇ ਭਾਵੇਂ ਨਾ ਮੰਨੇ ਹੋਰ ਵੀ ਬੜੀਆਂ ਦਲੀਲਾਂ ਦੇ ਸਕਦਾ ਹੈ ਪਰ ਜੇ ਉਹ ਸੱਚ ਹੈ ਉਹ ਸੱਚ ਰਹੇਗਾ ਇੱਕ ਬਿਹਾਰ ਦੇ ਸਿੰਘ ਨੇ ਉੱਥੇ ਟਕਸਾਲ ਦੇ ਵਿੱਚ ਪੜ੍ਹੇ ਨੇ ਬੜਾ ਸ਼ੁੱਧ ਪਾਠ ਕਰਦੇ ਬੜੀ ਗੁਰੂ ਦੀ ਕਿਰਪਾ ਉਹ ਆਪਣੇ ਪਰਿਵਾਰ ਨੂੰ ਮਿਲਣ ਗਏ ਹੁਣ ਜਿੱਦਾਂ ਆਪਣਾ ਪੰਜਾਬੀਆਂ ਦਾ ਸੁਭਾਅ ਹੈ ਇੱਕ ਇੱਕ ਨਿਆਣਾ ਦੋ ਦੋ ਨਿਆੜੇ ਹੁਣ ਉਹ ਜਦੋਂ ਇੱਥੇ ਰਹਿੰਦੇ ਤੇ ਦੋ ਬੱਚੇ ਉਹਨਾਂ ਦੇ ਉਹ ਜਾ ਕੇ ਉੱਥੇ ਆਪਣੇ ਬਿਹਾਰ ਚ ਪਰਿਵਾਰ ਨੂੰ ਕਹਿਣ ਲੱਗੇ ਉੱਥੇ ਤੁਸੀਂ ਕਹਿੰਦਾ 10 10 ਨਿਆਣੇ ਜੰਮੀ ਜਾਂਦੇ ਹੋ 8 8 ਨਿਆਣੇ ਜੰਮੀ ਜਾਂਦੇ ਹੋ ਕਿਸੇ ਦੇ ਕੱਪੜਾ ਪਾਉਣ ਨੂੰ ਨਹੀਂ ਕਿਸੇ ਨੂੰ ਰੋਟੀ ਖਾਣ ਨੂੰ ਨਹੀਂ ਵੇਖੇ ਨਹੀਂ ਤੁਸੀਂ ਕਿਦਾਂ ਨੰਗੇ ਹੀ ਭਜੇ ਫਿਰਦੇ ਨੇ ਆੜੇ ਹੁਣ ਪਤਾ ਨਹੀਂ ਇਹ ਗੱਲ ਤੁਸੀਂ ਇਹਨੂੰ ਮੰਨੋ ਠੀਕ ਕਿ ਨਾ ਮੰਨੋ ਪਰ ਮੈਨੂੰ ਚੰਗੀ ਲੱਗੀ ਤਾਂ ਦਾਸ ਬੇਨਤੀ ਕਰਦਾ ਵਿਚਾਰ ਆਪੋ ਆਪਣੇ ਸਿਰਫ ਬੇਨਤੀ ਉਹ ਕੀ ਹੋਇਆ ਜੀ ਉਹ ਆਪਦੇ ਭਰਾ ਨੂੰ ਪਤਾ ਕੀ ਕਹਿਣ ਲੱਗੇ ਕਹਿੰਦਾ ਤੁਸੀਂ ਸਰਦਾਰ ਉਹ ਆਪਣਾ ਜਿਹੜਾ ਇੱਧਰ ਪੜਨ ਆਇਆ ਇੱਧਰ ਹੀ ਵਿਆਹ ਆ ਸਾਰਾ ਕੁਝ ਉਹਦੇ ਦੋ ਬੱਚੇ ਤੇ ਉਹਦੇ ਭਰਾਵਾਂ ਦੇ ਕਿਹਦੇ 5 ਕੇ ਦੇ 7 ਕੇ ਦੇ 8 ਜਿੱਦਾਂ ਹੁੰਦੇ ਹੀ ਆ ਬਾਹਰਲੇ ਸੂਬਿਆਂ 'ਚ ਉਹ ਕਹਿਣ ਲੱਗਾ ਇੱਧਰ ਸਾਡੇ ਵੇਖੋ ਸਿੱਖਾਂ ਦੇ ਆ ਜਿਮੀਦਾਰਾਂ ਦੇ ਦੇਖੋ ਇੱਕ ਇੱਕ ਨਿਆਣਿਆਂ ਨਜ਼ਾਰੇ ਲੈਂਦੇ ਨੇ ਸਰਦਾਰੀਆਂ ਕਰਦੇ ਆ ਐਸ਼ ਕਰਦੇ ਆ ਤੁਸੀਂ 8 8 9 9 ਜੰਮੇ ਨਾ ਕਿਸੇ ਦੇ ਲੀੜੇ ਪਾਉਣ ਨੂੰ ਨਾ ਕਿਸੇ ਦਾ ਕੁਝ ਨਾ ਕਿਸੇ ਦਾ ਕੁਝ ਉਹਨਾਂ ਜਿਹੜਾ ਜਵਾਬ ਦਿੱਤਾ ਬੜਾ ਸੋਹਣਾ ਉਹ ਕਹਿੰਦਾ ਫਿਰ ਤੁਸੀਂ ਸਿੱਖ ਰੱਬ ਬਣਦੇ ਹੋਗੇ ਨਾ ਉਹ ਕਹਿੰਦਾ ਕਿਉਂ ਅਸੀਂ ਕਿ ਰੱਬ ਬਣਨੇ ਕਹਿੰਦਾ ਰਿਜਕ ਤੇ ਰੱਬ ਦੇ ਹੱਥ ਆ ਜਦੋਂ ਤੁਸੀਂ ਸੋਚਦੇ ਆ ਵੀ ਮੇਰੇ ਦੋ ਨਿਆਣੇ ਆ ਜੇ ਪੰਜ ਕਿੱਲੇ ਪੈਲੀ ਹੋਈ ਤੇ ਢਾਈ ਢਾਈ ਗਏ ਤੁਸੀਂ ਇਹ ਸੋਚ ਕੇ ਜੰਮਦੇ ਹੋ ਇਹਦਾ ਮਤਲਬ ਤੁਸੀਂ ਰੱਬ ਬਣਦੇ ਆ ਆਪਦੇ ਆਪ ਚ ਰੱਬ ਬਣਦੇ ਆ ਨਾ ਫਿਰ ਵੀ ਮੇਰੇ ਬੱਚੇ ਕੀ ਖਾਣਗੇ ਆਉਣ ਵਾਲੇ ਟਾਈਮ ਕੀ ਕਰਨਗੇ ਹੁਣ ਜੇ ਇਹ ਗੱਲ ਸੋਚੀ ਜਾਵੇ ਉਹ ਕਹਿੰਦੇ ਰਿਜ਼ਕ ਤੇ ਰੱਬ ਦੇ ਹੱਥ ਆ ਦੇਣਾ ਵਾਲਾ ਤੇ ਰੱਬ ਸੀ ਊੜੇ ਊੜ ਆਵੇ ਸਹ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਵਹਿ ਸਿਮਰਨ ਕਰਿਆ ਰੋਟੀ ਦੇਣ ਵਾਲਾ ਤੇ ਰੱਬ ਸੀ ਤੇ ਤੁਸੀਂ ਕਦੋਂ ਤੋਂ ਟੈਨਸ਼ਨ ਲੈਣੀ ਸ਼ੁਰੂ ਕਰਤੀ ਇਹਦਾ ਮਤਲਬ ਤੁਸੀਂ ਇੱਕ ਭਲੇਖਾ ਪਾ ਲਈ ਬੈਠੇ ਆ ਵੀ ਤੁਸੀਂ ਰੱਬ ਬਣਦੇ ਆ ਨਾ ਫਿਰ ਕਹਿੰਦਾ ਅਸੀਂ ਰੱਬ ਨਹੀਂ ਬਣਦੇ ਰੋਟੀ ਦੇਣਾ ਰੱਬ ਦਾ ਕੰਮ ਹੈ ਸਾਡਾ ਕੰਮ ਹੈ ਮਿਹਨਤ ਕਰਨਾ ਇਹ ਗੱਲ ਮੈਨੂੰ ਚੰਗੀ ਲੱਗੀ ਭਾਵੇਂ ਕਿ ਇਹਦੇ ਵਿੱਚ ਕੁਝ ਖਾਮੀਆਂ ਹੋ ਸਕਦੀਆਂ ਨੇ ਕਿਉਂਕਿ ਗੁਰਮਤ ਦੇ ਵਿੱਚ ਨਾਲ-ਨਾਲ ਇਹ ਵੀ ਆਖਿਆ ਗਿਆ ਹੈ ਕਿ ਮਨ ਸਮਝਾਵਨ ਕਰਨੇ ਕਸ਼ੂਕ ਪੜ੍ਹੀਏ ਗਿਆਨ ਆਉਣ ਵਾਲੇ ਸਮੇਂ ਦੀ ਵੀ ਵਿਚਾਰ ਕੀਤੀ ਜਾ ਸਕਦੀ ਪਰ ਜੇ ਇਹ ਨਿਰਪੱਖ ਹੋ ਕੇ ਗੱਲ ਸੋਚੀ ਜਾਵੇ ਜਦੋਂ ਅਸੀਂ ਸੋਚਦੇ ਹਾਂ ਵੀ ਮੇਰੀ ਔਲਾਦ ਆਉਣ ਵਾਲੇ ਟਾਈਮ ਕੀ ਕਰੂਗੀ ਅਸੀਂ ਸੱਤ-ਸੱਤ ਪੀੜੀਆਂ ਦਾ ਪੈਸਾ ਜਮਾਂ ਕਰੀ ਜਾਂਦੇ ਹਾਂ ਠੱਗੀਆਂ ਮਾਰਦੇ ਹਾਂ ਧੋਖੇ ਕਰਦੇ ਹਾਂ ਫੇਰ ਵੀ ਟੈਨਸ਼ਨ ਚਾਹਤਾ ਇਹਦਾ ਮਤਲਬ ਕੀ ਅਸੀਂ ਰੱਬ ਬਣਦੇ ਹਾਂ ਵੀ ਆਉਣ ਵਾਲਾ ਟੱਬਰ ਸਾਡਾ ਕੀ ਖਾਊਗਾ ਤੇ ਇਹ ਫਿਕਰ ਕਿਹਦਾ ਵਾ ਰੱਬ ਦਾ ਗੁਰਬਾਣੀ ਕੀ ਕਹਿੰਦੀ ਹੈ ਜੀਵ ਬਾਅਦ ਚ ਰੱਬ ਪੈਦਾ ਕਰਦਾ ਰਿਜਕ ਉਹਦਾ ਪਹਿਲਾਂ ਪੈਦਾ ਕਰਦਾ ਮਾਂ ਦੀ ਛਾਤੀ 'ਚ ਦੁੱਧ ਪਹਿਲਾਂ ਉਤਰਦਾ ਬੱਚੇ ਦਾ ਜਨਮ ਬਾਅਦ ਦੇ ਵਿੱਚ ਹੁੰਦਾ ਗੁਰਮਤਿ ਅਨੁਸਾਰ ਰਿਜ਼ਕ ਰੱਬ ਨੇ ਪਹਿਲਾਂ ਪੈਦਾ ਕੀਤਾ ਤੇ ਬੰਦਾ ਬਾਅਦ ਦੇ ਵਿੱਚ ਪਹਿਲੋ ਦੇ ਤੇ ਰਿਜ਼ਕ ਸੁਆਹ ਪਿੱਛੇ ਦੇ ਤੇ ਜੰਤੋਂ ਪਾਹ ਤਾਂ ਸਭ ਨੂੰ ਪਾਲਣ ਵਾਲਾ ਮੈਨੂੰ ਇਹ ਗੱਲ ਬੜੀ ਪਸੰਦ ਆਈ ਦਮਦਮੀ ਟਕਸਾਲ 'ਚੋਂ ਸਿੰਘ ਬੜੀ ਵਿਦਿਆ ਪੜ੍ਹੇ ਨੇ ਬੜਾ ਸ਼ੁੱਧ ਪਾਠ ਕਰਦੇ ਬੜੀ ਸੰਗਤ ਉਹਨਾਂ ਤੋਂ ਪ੍ਰੇਮਨਾ ਪਾਠ ਕਰਾਉਂਦੀ ਹੈ ਅਰਦਾਸਾਂ ਕਾਮਨਾ ਪੂਰੀਆਂ ਹੁੰਦੀਆਂ ਨੇ ਉਦੇ ਮਨ ਨੂੰ ਗੱਲ ਲੱਗੀ ਉਹਨੇ ਆਣ ਕੇ ਸਿੰਘਾਂ ਨੂੰ ਦਸੀ ਉਹ ਹੱਸ ਪੈਂਦਾ ਹੈ ਜਦੋਂ ਆਪਾਂ ਫਿਕਰ ਕਰਦੇ ਆ ਨਾ ਮੇਰੇ ਬੱਚੇ ਕੀ ਕਰਨਗੇ ਮੇਰਾ ਪਰਿਵਾਰ ਕੀ ਕਰੂਗਾ ਉਹ ਫਿਰ ਹੱਸ ਪੈਂਦਾ ਕਹਿੰਦਾ ਰੱਬ ਬਣਦਾ ਇਹ ਟੈਨਸ਼ਨ ਤੇ ਰੱਬ ਦੀ ਆ ਤੇਰੀ ਨਹੀਂ ਤੇਰਾ ਕੰਮ ਕੀ ਆ ਉਹਦਾ ਸਬਰਦ ਕਰਨਾ ਤੇਰਾ ਕੰਮ ਕੀ ਆ ਉਹਦੀ ਭਗਤੀ ਕਰਨੀ ਤਾਂ ਮਹਾਰਾਜ ਕੀ ਕਹਿੰਦੇ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ ਉਹ ਕਹਣਾ ਹੈ ਵਾਹਿਗੁਰੂ ਪਰਮੇਸ਼ਰ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ੜੀ ਜੀ ਲੇਖਕਤਾ ਇਹਨਾ ਛੂਟੀ ਹੈ ਖਿੰਖਿਨ ਭੂਲਣ ਹਾਰ ਬਖਸ਼ਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਦਾਸ ਜਾਣ ਕਰ ਅਰਦਾਸ ਪਰ ਕੀਜੇ ਕਿਰਪਾ ਅਪਾਰ ਆਪ ਹਾ ਦੇ ਰਾਖ 모ਹੇ ਮਨ ਬੱਜ ਕ੍ਰਮ ਵਿਚਾਰ ਭੁੱਲ ਚੁੱਕ ਦੇ ਖਿਵਾ ਜੀ ਆਓ ਇਥੇ ਇਹ ਕਥਾ ਵਿਚਾਰ ਦੀ ਚਾਚਰੀ ਸ਼ਾਂਦੀ ਸਮਾਪਤੀ ਕਰੀਏ ਸਰਬੰ ਕਾਲੇ ਸਰਬੰ ਪਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ